ਜੇ ਗੱਲ ਕਰੀਏ ਪੰਜਾਬੀਆਂ ਦੀ ਤੇ ਪੰਜਾਬੀ ਇੱਕ ਬੜੀ ਹੀ ਮਿਹਨਤੀ ਕੌਮ ਆ ਇਹ ਜਿੱਥੇ ਵੀ ਗਏ ਨੇ ਇਹਨਾਂ ਆਪਣੀ ਮਿਹਨਤ ਦੇ ਨਾਲ ਬੜੀਆਂ ਵੱਡੀਆਂ ਵੱਡੀਆਂ ਮੰਜ਼ਲਾਂ ਸਰ ਕੀਤੀਆਂ ਨੇ ਸੋ ਸਾਡੇ ਦੇਸ਼ਾਂ ਦੇਸ਼ ਦੇ ਵਿੱਚ ਚੰਗੇ ਪ੍ਰਬੰਧਨਾ ਹੋਣ ਦੇ ਕਾਰਨ ਸਾਨੂੰ ਮੁਸ਼ਕਲਾਂ ਦੇ ਵਿੱਚ ਜਾਂ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਮੁਸ਼ਕਲਾਂ ਦੇ ਵਿੱਚ ਵਿਦੇਸ਼ਾਂ ਵੱਲ ਦੇ ਜਿਹੜੀਆਂ ਰਾਹ ਵਾਉਕਤਣੇ ਪਏ ਸੀ ਪਰ ਇੱਕ ਸਮਾਂ ਆ ਗਿਆ ਅੱਜ ਕਿ ਪੰਜਾਬੀ ਦੁਨੀਆਂ ਦੇ ਜਿਸ ਵੀ ਦੇਸ਼ ਵਿੱਚ ਰਹਿੰਦੇ ਨੇ ਇਹਨਾਂ ਦੀ ਦੁਨੀਆਂ ਦੇ ਹਰ ਉਸ ਮੁਲਕ ਵਿੱਚ ਅੱਜ ਤੂਤੀ ਬੋਲਦੀ ਆ ਔਰ ਖੁਸ਼ੀ ਵਾਲੀ ਗੱਲ ਇਹ ਆ ਕਿ ਜਿਹੜੇ ਪੰਜਾਬੀਆਂ ਦੀ ਦੂਜੀ ਪੀੜੀ ਦੇ ਬੱਚੇ ਆ ਇਹਨਾਂ ਨੇ ਵੱਡੀਆਂ ਪੜਾਈਆਂ ਕਰਕੇ ਵੱਡੀਆਂ ਮੱਲਾਂ ਮਾਰੀਆਂ ਨੇ ਸੋ ਅਸੀਂ ਅੱਜ ਇਟਲੀ ਦੇ ਸ਼ਹਿਰ ਬੈਰਗਮੋ ਪਹੁੰਚੇ ਆ ਕਿ ਜਿੱਥੇ ਜੇ ਮੈਂ ਗੱਲ ਕਹਾਂ ਤਾਂ ਕੋਈ ਅਥਕਥਨੀ ਨਹੀਂ ਨੀਗੀ ਮੇਰੇ ਨਾਲ ਇੱਕ ਉਹ ਸਾਡੀ ਪੰਜਾਬਣ ਧੀ ਆ ਜਿਨੇ ਇਟਲੀ ਦੇ ਵਿੱਚ ਸਭ ਤੋਂ ਪਹਿਲਾਂ ਲਾ ਕਰਕੇ ਔਰ ਇੱਕ ਵਕੀਲ ਦਾ ਦਰਜਾ ਜਿਹੜਾ ਹਾਸਲ ਕੀਤਾ ਵਾ ਅਸੀਂ ਅੱਜ ਉਹਨਾਂ ਨਾਲ ਆਏ ਆ ਕਰਾਂਗੇ ਕੁਝ ਉਹਨਾਂ ਨਾਲ ਗੱਲਾਂ ਬਾਤਾਂ ਸੋ ਮੇਰੇ ਨਾਲ ਨੇ ਮੈਡਮ ਮਨਜਿੰਦਰਜੀਤ ਕੌਰ ਜੀ ਅਸੀਂ ਉਹਨਾਂ ਨੂੰ ਆਪਣੇ ਚੈਨਲ ਤੇ ਜੀ ਆਇਆਂ ਆਖਦੇ ਆ ਸੋ ਭੈਣ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੁਹਾਨੂੰ ਸਭ ਤੋਂ ਪਹਿਲਾਂ ਬੜੀ ਖੁਸ਼ੀ ਹੋ ਰਹੀ ਆ ਦਰਸ਼ਕਾਂ ਦੇ ਸਨਮੁਖ ਤੁਹਾਨੂੰ ਪੇਸ਼ ਕਰਕੇ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਜਿਹੜੇ ਪੰਜਾਬੀ ਆ ਇਟਲੀ ਵਿੱਚ ਰਹਿੰਦੇ ਨੇ ਔਰ ਜਿਹੜੇ ਸਾਡੇ ਧੀਆ ਪੁੱਤ ਜਿਹੜੇ ਸਾਡੇ ਬੱਚੇ ਆ ਉਹਨਾਂ ਲਈ ਇੱਕ ਮਾਰਗਦਰਸ਼ਨ ਤੁਸੀਂ ਇੱਥੇ ਜਿਹੜੀ ਲੋ ਕੀਤਾ ਵਾ ਤੇ ਤੁਸੀਂ ਸਾਨੂੰ ਸੰਖੇਪ ਵਿੱਚ ਦੱਸੋ ਕਿ ਕਿੰਨੇ ਕੇ ਸਾਲ ਹੋ ਗਿਆ ਤੁਹਾਨੂੰ ਇਟਲੀ ਚ ਰਹਿੰਦੇ ਆ ਜਾਂ ਜਿਹੜੀ ਇੱਕ ਵਕੀਲ ਦੀ ਪੜਾਈ ਤੁਸੀਂ ਕਿਸ ਤਰ੍ਹਾਂ ਸੋਚਿਆ ਵੀ ਮੈਂ ਵਕੀਲ ਹੀ ਬਣਨਾ ਵਾ ਸਾਨੂੰ ਸੰਖੇਪ ਵਿੱਚ ਜਾਣਕਾਰੀ ਦਿਓ ਹਾਂਜੀ ਮੈਂ 2001 ਦੇ ਵਿੱਚ ਆਈ ਸੀਗੀ ਇਟਲੀ ਆਪਣੀ ਫੈਮਿਲੀ ਦੇ ਨਾਲ ਤੇ ਉਸ ਤੋਂ ਬਾਅਦ ਸੁਪੀਰੀਓਰੀ ਕਰਨ ਤੋਂ ਬਾਅਦ ਸਕੋਲਾ ਐਲੀਮੈਂਟਾਰੇ ਮੈਡੀਏ ਤੇ ਸਕੋਲਾ ਸੁਪੀਰੀਓਰੇ ਮੈਂ 5 ਸਾਲ ਦਾ ਜੋਨੇਰੀਆ ਦਾ ਕੀਤਾ ਉਸ ਤੋਂ ਬਾਅਦ ਮੈਂ 5 ਸਾਲ ਲੋਦੀ ਡਿਗਰੀ ਦਾ ਕੀਤਾ ਆ ਤੇ ਉਸ ਤੋਂ ਬਾਅਦ ਜਿਵੇਂ ਇੱਥੇ 2 ਸਾਲ ਦਾ ਪ੍ਰੈਕਟਿਸ ਕਰਨੀ ਪੈਂਦੀ ਹੈ ਉਹ ਕੰਪਲੀਟ ਕੀਤੀ ਹੈ ਤੇ ਜਦੋਂ ਮੈਂ ਸਟੱਡੀ ਇਹ ਸ਼ੁਰੂ ਕੀਤੀ ਸੀ ਉਦੋਂ ਐਕਚੁਅਲੀ ਕੋਈ ਵੀ ਨਹੀਂ ਸੀਗਾ ਇਸ ਫੀਲਡ ਦੇ ਵਿੱਚ ਲਾਅ ਦੀ ਫੀਲਡ 'ਚ ਮੈਂ ਪਹਿਲੀ ਸੀਗੀ ਸਟੂਡੈਂਟ ਲਾਅ ਦੀ ਇੰਡੀਅਨ ਜਿਹਨਾਂ ਨੇ ਸ਼ੁਰੂ ਕੀਤਾ ਸੀ ਤਾਂ ਮੈਨੂੰ ਲੱਗਦਾ ਸੀਗਾ ਕਿ ਜਿਵੇਂ ਜ਼ਰੂਰਤ ਸੀਗੀ ਕਿ ਕੋਈ ਇੱਥੇ ਇਹ ਸਟੱਡੀ ਕਰਕੇ ਮਤਲਬ ਆਪਣੇ ਕਮਿਊਨਿਟੀ ਦੀ ਹੈਲਪ ਕਰ ਸਕਣ ਇਸ ਕਰਕੇ ਮੈਂ ਇਹ ਫੀਲਡ ਚੁਣੀ ਸੀ ਸੋ ਇਹਨਾਂ ਨੇ ਗੱਲ ਕੀਤੀ ਆ ਪੈਸਿਆਂ ਦੀ ਖਾਤਰ ਹਰ ਕੋਈ ਸਾਰਾ ਕੁਝ ਕਰਦਾ ਵਾ ਉਹ ਇਹਨਾਂ ਨੇ ਗੱਲ ਆਖੀ ਆ ਵੀ ਇਹਨਾਂ ਦੀ ਇੱਕ ਚਾਹਨਾ ਸੀ ਵੀ ਜਿਹੜੇ ਇੱਥੇ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਲੋੜ ਆ ਉਹਨਾਂ ਨੂੰ ਹੈਲਪ ਦੀ ਲੋੜ ਆ ਸੋ ਇਹ ਜਿਹੜੀ ਗੱਲ ਵੀ ਆ ਇਹ ਬੜੀ ਆਪਣੇ ਆਪ 'ਚ ਅਹਿਮੀਅਤ ਰੱਖਾਉਂਦੀ ਆ ਪੈਸੇ ਹਰ ਕੋਈ ਕਮਾਉਣ ਆਉਂਦਾ ਵਾ ਪਰ ਇਹਨਾਂ ਨੇ ਨਾਲ ਇੱਕ ਜਿਹੜੇ ਸਾਡਾ ਪੰਜਾਬੀ ਭਾਈਚਾਰਾ ਵਾ ਉਹਦੀ ਭਲਾਈ ਦਾ ਜਿਹੜਾ ਇੱਕ ਰਸਤਾ ਵਾ ਉਹ ਵੀ ਚੁਣਿਆ ਵਾ ਔਰ ਇਹਨਾਂ ਨੇ ਸ਼ਾਇਦ ਜਿਹੜਾ ਲਾਅ ਵਾ ਇੱਕ ਵਕੀਲ ਦੀ ਡਿਗਰੀ ਆ ਉਹ ਇਸੇ ਕਰਕੇ ਹੀ ਕੀਤੀ ਆ ਆਪਣੇ ਪੰਜਾਬੀ ਭਾਈਚਾਰੇ ਦੀ ਹੈਲਪ ਦੇ ਵਾਸਤੇ ਮੈਂ ਗੱਲਾਂ ਗਾਂ ਵੀ ਸ਼ੇਅਰ ਕਰਾਂਗਾ ਹੈਲਪ ਦੀਆਂ ਜਦ 2020 ਦੇ ਵਿੱਚ ਪੇਪਰ ਖੋਲਦੇ ਨੇ ਤੇ ਇਹਨਾਂ ਨੇ ਪੰਜਾਬੀ ਭਾਈਚਾਰੇ ਲਈ ਇੱਕ ਬੜੀ ਵੱਡੀ ਹੈਲਪ ਕੀਤੀ ਐ ਕਿ ਸਨਾਤੋਰੀਓ ਖੋਲਿਆ ਸੀ ਇਟਲੀ ਨੇ ਜਿੰਨੇ ਵੀ ਵਿਦੇਸ਼ੀ ਐ ਇੱਥੇ ਰਹਿੰਦੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਸੋ ਅਸੀਂ ਉਸ ਗੱਲ ਲਈ ਵੀ ਭੈਣ ਜੀ ਦਾ ਧੰਨਵਾਦ ਕਰਦੇ ਹਾਂ ਪਰ ਅੱਜ ਭੈਣ ਜੀ ਇੱਕ ਹੋਰ ਮਸਲਾ ਬਣ ਗਿਆ ਨਵਾਂ ਸਾਲ 2022 ਆ ਰਿਹਾ ਵਾ ਔਰ ਇਟਲੀ ਵਿਦੇਸ਼ੀਆਂ ਲਈ ਜਿਹੜੇ ਆਪਣੇ ਦਰਵਾਜ਼ੇ ਆ ਉਹ ਖੋਲਣ ਜਾ ਰਹੀ ਆ ਕੋਈ 67000 ਦੇ ਕਰੀਬ ਜਿਹੜਾ ਬੰਦਾ ਵਾ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਇਟਲੀ ਨੇ ਆਪਣੇ ਇੱਥੇ ਸੱਦਾ ਦਿੱਤਾ ਉਹਨਾਂ ਨੂੰ ਕੰਮ ਵਾਸਤੇ ਉਹ ਵੀ ਸਾਨੂੰ ਸੰਖੇਪ ਦੇ ਵਿੱਚ ਜਾਣਕਾਰੀ ਦਿਓ ਕਿਉਂਕਿ ਸੋਸ਼ਲ ਮੀਡੀਆ ਤੇ ਬੜੀਆਂ ਅਲੱਗ-ਅਲੱਗ ਅਫਵਾਹਾਂ ਨੇ ਉਹਨਾਂ ਅਫਵਾਹਾਂ ਤੋਂ ਬਚਾਉਣ ਵਾਸਤੇ ਕਿਉਂਕਿ ਮੈਂ ਭੈਣ ਜੀ ਨੂੰ ਇਸੇ ਹੀ ਕਰਕੇ ਇੱਕ ਜਿਹੜੀ ਆ ਇਹਨਾਂ ਨੂੰ ਗੁਜਾਰਸ਼ ਕੀਤੀ ਸੀ ਕਿ ਸਾਨੂੰ ਥੋੜਾ ਸਮਾਂ ਦਿਓ ਅਸੀਂ ਇੱਕ ਐਸਾ ਪ੍ਰੋਗਰਾਮ ਆਪਣੇ ਪੰਜਾਬੀਆਂ ਤੱਕ ਪਹੁੰਚਾ ਸਕੀਏ ਸੋ ਉਹ ਸਾਨੂੰ ਡਿਟੇਲ ਦੇ ਵਿੱਚ ਦੱਸੋ ਵੀ ਜਿਹੜਾ ਇੱਕ ਆਉਣ ਵਾਲੇ ਦਿਨਾਂ 'ਚ ਫਲੂਸੀ ਖੁੱਲ ਰਹੀ ਆ ਉਹਦੇ ਕੀ ਨਿਜਮ ਆ ਉਹਦੀ ਪੂਰੀ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਜਰੂਰ ਸਾਂਝੀ ਕਰੋ ਜਿਹੜੀ ਡਿਕਰੇਟੋ ਫਲੂਸੀਦ ਉਹ 2022 ਦੇ ਵਿੱਚ ਓਪਨ ਹੋ ਰਹੀ ਆ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਦੀ ਤਰੀਕ ਦੇ ਵਿੱਚ ਡਿਕਰੇਟੋ ਜਿਹੜਾ ਆ ਉਹ ਗੱਜਟਾ ਔਫੀਚਾਲੇ ਦੇ ਵਿੱਚ ਔਫੀਸ਼ੀਅਲੀ ਪਬਲਿਕ ਆਰੇ ਨਹੀਂ ਹੋਇਆ ਹੈਗਾ ਕਿਉਂਕਿ ਉਸ ਤੋਂ ਬਾਅਦ ਹੀ ਡਿਟੇਲ ਚ ਸਾਰੀ ਜਾਣਕਾਰੀ ਮਿਲ ਸਕਦੀ ਹੈ ਫਿਲਹਾਲ ਜਿਵੇਂ ਪਿਛਲੇ ਸਾਲ ਸੀਗੇ ਕਿ ਸਤਾਜੋ ਨਾਲ ਹੀ ਤੇ ਨੌਨ ਸਤਾਜੋ ਨਾਲ ਹੀ ਪੇਪਰ ਖੋਲ ਰਹੇ ਨੇ ਨਾਨ ਸਟਾਜਨਲ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਖੇਤੀਬਾੜੀ ਵਾਲੇ ਮਾਲਕ ਜਿਹੜੇ ਹੁੰਦੇ ਆ ਉਹ ਆਪਣੇ ਪੇਪਰ ਭਰ ਕੇ ਤੇ ਵਰਕਰਾਂ ਨੂੰ ਬੁਲਾ ਸਕਦੇ ਆ ਕਿਸੇ ਹੋਰ ਕੰਟਰੀ ਤੋਂ ਜਿਵੇਂ ਹਰ ਸਾਲ ਖੋਲਦੇ ਆ ਤੇ ਨਾਨ ਸਟਾਜਨਲ ਹੀ ਹੈਗੇ ਆ ਜਿਹੜੇ ਆਉਟੋ ਟ੍ਰਾਂਸਪੋਰਟੀ ਮਿਰਚੀ ਜਾਂ ਟੂਰਿਸਟ ਏਰੀਏ ਦੇ ਹੋਟਲ ਆ ਜਾਂ ਟਰਾਂਸਪੋਰਟ ਵਾਲੇ ਆ ਤੇ ਇਹਦੀ ਲੀਚੀਆ ਜਿਵੇਂ ਮੂਰਾ ਟੋਰੀ ਦਾ ਪਾਕੈਲੀ ਫੀਲਡ ਉਹਦੇ ਚ ਮਾਲਕ ਜਿਹੜੇ ਆ ਬੰਦਿਆਂ ਨੂੰ ਬੁਲਾ ਸਕਦੇ ਆ ਬਹੁਤ ਸੋਸ਼ਲ ਮੀਡੀਆ ਤੇ ਚੱਲ ਰਿਹਾ ਆ ਕਿ ਡੋਮੈਸਟਿਕ ਵੀ ਆਪ ਭਰ ਸਕਦੇ ਆ ਪੇਪਰ ਡੋਮੈਸਟਿਕ ਨਹੀਂ ਹੈਗੇ ਫਿਲਹਾਲ ਡੋਮੈਸਟਿਕ ਦੀ ਕੋਈ ਗੱਲ ਨਹੀਂ ਕੀਤੀ ਗਈ ਹੈਗੀ ਸਿਰਫ ਇਹੀ ਕੈਟਾਗਰੀਆਂ ਵਾਲੇ ਜਿਹੜੇ ਆ ਉਹ ਮਾਲਕ ਜਿਹੜੇ ਆਪਣੇ ਕਿਸੇ ਹੋਰ ਕੰਟਰੀ ਤੋਂ ਵਰਕਰ ਬੁਲਾ ਸਕਦੇ ਆ ਸੋ ਇਹਨਾਂ ਨੇ ਇੱਕ ਗੱਲ ਇੱਥੇ ਕਲੀਅਰ ਕੀਤੀ ਆ ਡੋਮੈਸਟਿਕ ਵਾਲੀ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਅਫਵਾਹ ਵਾ ਉਹ ਵਾਰ-ਵਾਰ ਉਡਾਈ ਜਾ ਰਹੀ ਆ ਕਿ ਇਹਨਾਂ ਪੇਪਰਾਂ ਦੇ ਵਿੱਚ ਜਿਹੜੇ ਡੋਮੈਸਟਿਕ ਪੇਪਰ ਆ ਉਹ ਵੀ ਭਰੇ ਜਾਣਗੇ ਫਿਲਹਾਲ ਸਰਕਾਰ ਦਾ ਅਜਿਹਾ ਕੋਈ ਡਿਕਰੇਟੋ ਫਲੂਸੀ ਜਿਹੜੀ ਆ ਉਹ ਸਿਰਫ ਤੇ ਸਿਰਫ ਜਿਹੜੇ ਤੁਜਨਾਲੇ ਆ ਉਹਨਾਂ ਵਾਸਤੇ ਆ ਜਿਹੜੇ ਪੱਕੇ ਪੇਪਰਾਂ ਵਾਸਤੇ ਇੱਕ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਆ ਕਿ ਪੱਕੇ ਪੇਪਰਾਂ ਵਾਲਿਆਂ ਨੂੰ ਵੀ ਇੱਥੇ ਬੁਲਾਇਆ ਜਾਣਾ ਵਾ ਉਹ ਸਰਕਾਰ ਦੀ ਇਸ ਤਰ੍ਹਾਂ ਦੀ ਕੋਈ ਸੁਭਾਵਨਾ ਨਹੀਂ ਪੰਜ ਤੁਸੀਂ ਇੱਕ ਗੱਲ ਹੋਰ ਕੀਤੀ ਆ ਕਿ ਜਿਹੜੇ ਟਰਾਂਸਪੋਰਟ ਦਾ ਟਰਾਂਸਪੋਰਟ ਦੇ ਕਿਹੜੇ-ਕਿਹੜੇ ਦੇਸ਼ ਆ ਜਿਹੜੇ ਆ ਸਕਦੇ ਕਿਉਂਕਿ ਸਾਡਾ ਜਿਹੜਾ ਇੰਡੀਆ ਦਾ ਲਾਇਸੈਂਸ ਆ ਉਹ ਇੱਥੇ ਵੈਲਿਡ ਨਹੀਂਗਾ ਜੇ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਉਹ ਵੀ ਜਰੂਰ ਦੱਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਅਜੇ ਜਿਹੜਾ ਡਿਕਰੇਟੋ ਆ ਉਹ ਜਿੰਨਾ ਚਿਰ ਗਜ਼ੈਟ ਆਫੀਚਾਲੇ ਹੁੰਦਾ ਕਿ ਜਿੱਥੇ ਸਰਕਾਰੀ ਪਬਲਿਸ਼ ਹੁੰਦੇ ਆ ਕਿ ਜਿਹੜੇ ਵੀ ਡਿਕਰੇਟੋ ਪਾਸ ਹੁੰਦਾ ਆ ਉਹ ਅਜੇ ਆਇਆ ਨਹੀਂ ਹੈਗਾ ਉਹ ਮੇਬੀ ਹੁਣ 3 ਤਰੀਕ ਤੋਂ ਬਾਅਦ ਆਏਗਾ ਕਿ 3 ਤਰੀਕ ਤੋਂ ਬਾਅਦ ਪਬਲਿਸ਼ ਕਰਨਗੇ ਉਹਦੇ ਵਿੱਚ ਸਾਰੀ ਡਿਟੇਲ ਹੋਏਗੀ ਕਿ ਕਿ ਕਿੰਨੀ ਤਰੀਕ ਤੋਂ ਕਿਉਂਕਿ ਨਾਰਮਲੀ ਜਦੋਂ ਆਪਾਂ ਪਬਲਿਕ ਆਰੇ ਕਰਦੇ ਆ ਡਿਕਰੇਟੋ ਉਹ ਤੋਂ 10 ਦਿਨਾਂ ਬਾਅਦ ਦਮਾਂਦੇ ਓਪਨ ਹੁੰਦੇ ਆ ਉਹਦੇ ਵਿੱਚ ਉਸ ਤੋਂ ਬਾਅਦ ਮਿਨਿਸਟਰੀ ਜਦੋਂ ਪਬਲਿਕ ਆਰੇ ਹੋ ਗਿਆ ਡਿਕਰੇਟ ਇਹ ਤੋਂ ਉਸ ਤੋਂ ਬਾਅਦ ਮਿਨਿਸਟਰੀ ਇੱਕ ਵੱਖਰਾ ਚਿਰਕੋਲਾਰੇ ਲਾਂਚ ਕਰਕੇ ਉਹਦੇ ਵਿੱਚ ਡਿਟੇਲ ਦੱਸਦੇ ਆ ਕਿ ਕੀ ਰਿਕੁਆਇਰਮੈਂਟਾਂ ਹੋਣਗੀਆਂ ਕਦੋਂ ਤੋਂ ਦਮਾਂਡੇ ਭਰੇ ਜਾਣਗੇ ਕੀ ਕੀ ਡਾਕੂਮੈਂਟ ਚਾਹੀਦੇ ਨੇ ਉਹ ਸਾਰੇ ਅਜੇ ਆਫੀਸ਼ੀਅਲੀ ਆਉਣ ਵਾਲਾ ਆ ਦੇਕਰੇ ਤੋਂ ਉਹਦੇ ਵਿੱਚ ਪਤਾ ਲੱਗੇਗਾ ਕਿ ਡਿਟੇਲ ਦੇ ਵਿੱਚ ਕਿ ਕਿਹੜੀ ਕੈਟਾਗਰੀ ਲਈ ਕੀ ਡਾਕੂਮੈਂਟ ਰਿਕੁਆਇਰ ਹੋਣਗੇ ਬੜੇ ਵਧੀਆ ਹੀ ਤਰੀਕੇ ਨਾਲ ਇਹਨਾਂ ਨੇ ਸਾਨੂੰ ਦੱਸਿਆ ਵਾ ਕਿ ਗਵਰਨਮੈਂਟ ਨੇ ਜਿਹੜਾ ਇੱਕ ਡਿਸੀਜਨ ਲਿਆ ਵਾ ਕਿ ਅਸੀਂ ਇੰਨੇ ਬੰਦੇ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਤੋਂ ਸੱਦਣੇ ਆ ਔਰ ਉਹ ਕਿਹੜੀ-ਕਿਹੜੀ ਕੈਟਾਗਰੀ ਹੋਏਗੀ ਜਾਂ ਕੀ ਹੋਵੇਗਾ ਕਿਹੜੀਆਂ ਕੰਡੀਸ਼ਨਾਂ ਹੋਣਗੀਆਂ ਉਹ ਜਿਹੜੀਆਂ ਵਾ ਉਹ 3 ਜਨਵਰੀ ਤੋਂ ਬਾਅਦ ਵਿੱਚ ਪਤਾ ਲੱਗੇਗਾ ਸੋ ਇੱਕ ਬਹੁਤ ਹੀ ਵਧੀਆ ਜਿਹੜਾ ਵਾ ਇਹ ਸਵਾਲ ਦਾ ਜਵਾਬ ਦਿੱਤਾ ਭੈਣ ਜੀ ਨੇ ਕਿਉਂਕਿ ਸਿਰਫ ਸਾਡਾ ਮਕਸਦ ਆ ਸੋਸ਼ਲ ਮੀਡੀਏ ਤੇ ਓੜ ਰਹੀਆਂ ਅਫਵਾਹਾਂ ਤੋਂ ਤੋ ਉਹਨਾਂ ਅਫਵਾਹਾਂ ਤੋਂ ਬਚਣ ਦੇ ਵਾਸਤੇ ਹੀ ਅਸੀਂ ਜਿਹੜਾ ਅੱਜ ਦਾ ਇੱਕ ਪ੍ਰੋਗਰਾਮ ਆ ਇਹ ਉਲੀਕਿਆ ਆਪਣੇ ਦਰਸ਼ਕਾਂ ਲਈ ਸੋ ਅਸੀਂ ਇਮੀਗ੍ਰੇਸ਼ਨ ਦੇ ਨਾਲ-ਨਾਲ ਕੁਝ ਹੋਰ ਵੀ ਪੰਜਾਬੀ ਨਾਲ ਗੱਲਾਂ ਬਾਤਾਂ ਕਰਾਂਗੇ ਪਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੀ ਫਿਲਹਾਲ ਮੇਰਾ ਇੱਕ ਹੋਰ ਸਵਾਲ ਆ ਪੰਜਾਬ ਬਹੁਤ ਸਾਰੇ ਕਸਤੂਰੀਆਂ ਦੇ ਵਿੱਚ ਵੇਖਣ ਆ ਰਿਹਾ ਜਦੋਂ ਕਿਟ ਜਮ੍ਹਾਂ ਹੋ ਜਾਂਦੀ ਆ ਉਸ ਤੋਂ ਬਾਅਦ ਵਿੱਚ ਕਲੰਮਾ ਟੰਪ ਸਮਾਂ ਲੱਗ ਰਿਹਾ ਸਜੂਰ ਨੂੰ ਲੈਣ ਨੂੰ ਜਾਂ ਜੇ ਆਪਾਂ ਇਹ ਕਹਿ ਲਈਏ ਵੀ ਜਿਹੜਾ ਇੱਕ ਸਨਾਤੋਰੀਓ ਖੁੱਲਿਆ ਸੀਗਾ 2020 ਚ ਉਹਦੇ ਵਿੱਚ ਵੀ ਹਜੇ ਕਾਫੀ ਸਾਰਾ ਕੰਮ ਹੋਣ ਵਾਲਾ ਰਹਿੰਦਾ ਵਾ ਤੁਹਾਨੂੰ ਕੀ ਲੱਗਦਾ ਵੀ ਗਵਰਨਮੈਂਟ ਜਿਹੜੇ ਨਵੇਂ ਪੇਪਰ ਖੋਲ ਕੇ ਨਾਲ ਦੀ ਨਾਲ ਨਪਟਾ ਲੂਗੀ ਸਾਰਾ ਇਹਨਾਂ ਸੌਖਾ ਵਾ ਇਹਦੇ ਲਈ ਭਾਜੀ ਨਾਰਮਲੀ ਕਸਤੂਰੇ ਭਾਵੇਂ ਫਿੰਗਰ ਆਪਾਂ ਨੂੰ ਕਾਫੀ ਲੇਟ ਦੇ ਮਿਲ ਰਹੇ ਆ ਪਰ ਤਕਰੀਬਨ ਹਰ ਕਸਤੂਰੇ ਦੇ ਵਿੱਚ ਇਹਨਾਂ ਨੇ ਕੀਤਾ ਆ ਕਿ ਜਿਨ੍ਹਾਂ ਦੀ ਇਮੀਗ੍ਰੇਸ਼ਨ ਸਾਨਾ ਤੋਰੀਆ ਪਿਛਲੇ ਸਾਲ ਓਪਨ ਹੋਈ ਸੀਗੀ ਉਹਨਾਂ ਨੂੰ ਕਾਲ ਕਰਕੇ ਉਹ ਪਹਿਲਾਂ ਸੱਦ ਰਹੇ ਆ ਫਿੰਗਰਾਂ ਲਈ ਇਸੇ ਕਰਕੇ ਕਿ ਤਾਂਕਿ ਇਹ ਪੇਪਰ ਜਿਹੜੇ ਇਮੀਗ੍ਰੇਸ਼ਨ ਦੇ ਅਪਲਾਈ ਹੋਏ ਆ ਕਿ ਇਹਨਾਂ ਨੂੰ ਪਹਿਲਾਂ ਜ਼ੋਰ ਨੂੰ ਮਿਲ ਸਕੇ ਤੇ तकरीबन ਸਾਰੇ ਕਸਤੂਰੇ ਵਾਲੇ ਕਾਲ ਕਰਕੇ ਜਾਂ ਬਾਇ ਮੇਲ ਸੱਦ ਰਹੇ ਆ ਕਿ ਤੁਸੀਂ ਪਹਿਲਾਂ ਆਪਣੇ ਫਿੰਗਰ ਦੇ ਸਕਦੇ ਆ ਜ਼ੋਰ ਨੂੰ ਲੈਣ ਲਈ ਇਸ ਕਰਕੇ ਸਰਕਾਰ ਕੋਸ਼ਿਸ਼ ਕਰ ਰਹੀ ਆ ਬਾਕੀ ਕੋਵਿਡ ਕਰਕੇ ਹਾਂਜੀ ਬਹੁਤ ਪ੍ਰੋਬਲਮ ਚੱਲ ਰਹੀ ਆ ਕਿਉਂਕਿ ਜਿਆਦਾ ਅਪਾਇੰਟਮੈਂਟਸ ਉਹ ਵੀ ਨਹੀਂ ਫਿਕਸ ਕਰ ਸਕਦੇ ਹੈਗੇ ਪਰ ਕਸਤੂਰੇਆ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜੇ ਇਮੀਗ੍ਰੇਸ਼ਨ ਦੇ ਦਮਾਂਦੇ ਹੋਏ ਸੀਗੇ ਉਹਨਾਂ ਨੂੰ ਪਹਿਲਾਂ ਪ੍ਰਾਤੀਕ ਜਿਹੜੇ ਆ ਕੰਪਲੀਟ ਕੀਤੇ ਜਾਣ ਪੰਜੀ ਦੇਖੋ ਅਸੀਂ ਆਮ ਲੋਕਾਂ ਵਿੱਚੋਂ ਆ ਤਾਂ ਸਾਡੇ ਆਮ ਜਿਹੇ ਸਵਾਲ ਹੁੰਦੇ ਆ ਮੇਰਾ ਇੱਕ ਸਵਾਲ ਸਨਾ ਤੋਰੀਓ ਨੂੰ ਲੈ ਕੇ ਹੀ ਆ ਜਿਹੜੇ ਮੁੰਡੇ ਇੱਥੇ ਅਨਲੀਗਲ ਰਹਿੰਦੇ ਆ ਤੁਹਾਨੂੰ ਪਤਾ ਵੀ ਜਿੱਥੇ ਮਾਲਕ ਜਿਹੜੇ ਆ ਉਹ ਪੇਪਰ ਭਰਦੇ ਆ ਉੱਥੇ ਨਾਲ ਦੀ ਨਾਲ ਕੁਝ ਗੋਰਖ ਧੰਦੇ ਵੀ ਹੋ ਰਹੇ ਆ ਸੋ ਮੇਰਾ ਇਹ ਉਹਨਾਂ ਅਨਲੀਗਲ ਮੁੰਡਿਆਂ ਵੱਲੋਂ ਇੱਕ ਤੁਹਾਨੂੰ ਸਵਾਲ ਆ ਔਰ ਮੈਨੂੰ ਖੁਸ਼ੀ ਹੋਊਗੀ ਜੇ ਤੁਸੀਂ ਇਸ ਸਵਾਲ ਦਾ ਵੀ ਜਵਾਬ ਦਿਓਗੇ ਵੀ ਜਿਹੜਾ ਸਨਾ ਤੋਰੀਓ 2020 ਚ ਪਾਰ ਹੋਇਆ ਕਿਸੇ ਕਾਰਨ ਕਰਕੇ ਜੇ ਕਿਸੇ ਮਾਲਕ ਦੀ ਕੋਦ ਨਹੀਂ ਪੂਰੀ ਜਾਂ ਕਹਿ ਲਓ ਉਹ ਜਿਹੜੇ ਆ ਉਹਨੇ demandas ਸਹੀ ਤਰੀਕੇ ਨਾਲ ਨਹੀਂ ਕੀਤਾ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਪੇਪਰ ਆ ਸਭ ਨੂੰ ਮਿਲ ਸਕਦੇ ਆ ਕਿ ਕੁਝ ਪ੍ਰੋਬਲਮ ਆ ਜਿਹੜੀਆਂ ਕ੍ਰੀਏਟ ਆ ਹੋ ਸਕਦੀਆਂ ਇਹ ਬਹੁਤ ਵੱਡੀ ਪਾਜੀ ਪ੍ਰੋਬਲਮ ਚੱਲ ਰਹੀ ਆ ਮੇਰੇ ਕੋਲ ਖੁੱਦ ਬਹੁਤ ਪ੍ਰਾਤੀਕੇ ਆ ਜਿਹੜੇ ਰੀਸੀਵ ਉਤੇ ਕਈ ਮੁੰਡਿਆਂ ਨੇ ਮੈਨੂੰ ਲਿਆ ਕੇ ਦਿੱਤੇ ਉਹ ਬਾਅਦ ਵਿੱਚ ਫੇਕ ਵੀ ਨਿਕਲੇ ਜਾਂ ਕਈ ਮਾਲਕਾਂ ਦੀ ਕੁੱਡਣੀ ਪੂਰੀ ਹੋਈ ਹੈਗੀ ਫਿਲਹਾਲ ਪ੍ਰੇਫੇਚੂਰੇ ਨੇ ਤਕਰੀਬਨ ਸਾਰੇ ਪ੍ਰੇਫੇਚੂਰੇ ਵਾਲਿਆਂ ਨੇ ਮਿਨਿਸਟਰੀ ਤੋਂ ਇੱਕ ਮੰਗ ਕੀਤੀ ਹੋਈ ਆ ਕਿ ਇਨ੍ਹਾਂ ਕੇਸਿਸ ਦੇ ਵਿੱਚ ਕੀ ਕਰਨਾ ਤੇ ਉਹ ਮਿਨਿਸਟਰੀ ਵੱਲੋਂ ਅਜੇ ਜਵਾਬ ਦੀ ਵੇਟ ਦੇ ਵਿੱਚ ਆ ਕਿ ਉਹਨਾਂ ਦੇ ਵਿੱਚ ਉਹਨਾਂ ਕੇਸਾਂ ਦੇ ਵਿੱਚ ਕੀ ਕੀਤਾ ਜਾਵੇ ਕਿਉਂਕਿ ਫਿਲਹਾਲ ਕੋਈ ਵੀ ਅਤੇਜਾ অকੁਪਾਜ਼ੀਓਨ ਜਿਵੇਂ ਕਾਫੀ ਆਪਾਂ ਸੁਣਨ ਚ ਮਿਲਿਆ ਕਿ 6 ਮਹੀਨੇ ਦੀ ਸਜੋਰ ਨੂੰ ਜਿਹੜੀ ਦੇ ਰਏ ਆ ਉਹ ਉਹਨਾਂ ਕੇਸਿਸ ਦੇ ਵਿੱਚ ਹੀ ਆ ਕਿ ਜਿਸ ਕੇਸ ਦੇ ਵਿੱਚ ਮਾਲਕਾਂ ਦੀ ਡੈਥ ਹੋ ਗਈ ਆ ਜਾਂ ਕਿਸੇ ਕਰਕੇ ਮਾਲਕ ਜਿਵੇਂ ਮੰਨ ਲਓ ਕਿ ਕਿਸੇ ਨੇ ਸਤਾਲੇ ਦਾ ਕੰਮ ਪੇਪਰ ਭਰੇ ਸੀਗੇ ਸਾਲੇ ਦੇ ਵਿੱਚ ਤੇ ਉਹ ਮਤਲਬ ਪੇਪਰ ਉਹਨਾਂ ਨੇ ਵੇਚ ਦਿੱਤਾ ਆ ਸਤਾਲਾ ਜਾਂ ਉਹਨਾਂ ਦੀ ਕੋਈ ਕਿਸੇ ਕਾਰਨ ਕੰਮ ਕਰਕੇ ਜਾਂ ਕੋਵਿਡ ਕਰਕੇ ਬੰਦ ਹੋ ਗਿਆ ਤੇ ਸਿਰਫ ਉਹਨਾਂ ਕੇਸਾਂ ਦੇ ਵਿੱਚ 6 ਮਹੀਨੇ ਦੀ ਸਜ਼ੋਰ ਨੂੰ ਦਿੱਤੀ ਜਾ ਰਹੀ ਆ ਜਿਨ੍ਹਾਂ ਦੀ ਕੁੱਢ ਘਟਿਆ ਜਾਂ ਸਹੀ ਤਰੀਕੇ ਨਾਲ ਦਮਾਂਦਾਣੀ ਭਰ ਹੋਇਆ ਫਿਲਹਾਲ ਉਹਦੇ ਲਈ ਖੁਦ ਪ੍ਰੇਫੇਕਚੂਰੇ ਵਾਲੇ ਮਿਨਿਸਟਰੀ ਦੀ ਵੇਟ ਕਰ ਰਹੇ ਆ ਕਿ ਮਿਨਿਸਟਰੀ ਕੋਈ ਜਵਾਬ ਦੇਵੇ ਪਰ ਉਹਨਾਂ ਕੇਸਿਸ ਦੇ ਵਿੱਚ ਅਜੇ 6 ਮਹੀਨੇ ਦੀ ਸਜ਼ੋਰ ਨੂੰ ਨਹੀਂ ਦਿੱਤੀ ਜਾ ਰਹੀ ਹੈਗੀ ਸੋ ਜਿਹੜੇ ਵੀਰ ਸਾਡੇ ਮਾਧਿਅਮ ਰਾਹੀਂ ਵੇਖ ਰਹੇ ਆ ਉਹ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣ ਵੀ ਸਰਕਾਰੀ ਤੌਰ ਤੇ ਹਜੇ ਇਸ ਤਰੀਕੇ ਦਾ ਜਿਹੜਾ ਵਾ ਉਹ ਕੋਈ ਐਲਾਨ ਨਹੀਂ ਹੋਇਆ ਕਿ ਜਿਨ੍ਹਾਂ ਨੇ ਸਨਾਤੋਰੀਓ ਵਿੱਚ ਦਮਾਂਦਾ ਕੀਤਾ ਸੀਗਾ ਵੀ ਉਹਨਾਂ ਨੂੰ ਬਗੈਰ ਕੰਮ ਦੇ ਜਿਹੜੇ ਆ ਉਹ ਤੋਂ ਵੀ ਪੇਪਰ ਮਿਲ ਜਾਣਗੇ ਫਿਰ ਹਾਰ ਇਹ ਸਾਰਾ ਜਿਹੜਾ ਸਰਕਾਰ ਨੇ ਆਪਣੇ ਕੋਲ ਰੱਖਿਆ ਹੋਇਆ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਆ ਉਹ ਆਦੇਸ਼ ਕਿਸੇ ਵੀ ਕਸਤੂਰੇ ਜਾਂ ਪਰਫੇ ਤੂਰੇ ਨੂੰ ਨਹੀਂ ਹੋਏ ਹੋਏ ਸੋ ਤੁਸੀਂ ਵੀ ਆਪਣਾ ਖਾਸ ਧਿਆਨ ਰੱਖਿਓ ਬਹੁਤ ਸਾਰੇ ਜਿਹੜੇ ਠੱਗ ਏਜੰਟ ਟਾਈਪ ਦੇ ਲੋਕ ਵੀ ਫਿਰ ਰਹੇ ਨੇ ਇੱਥੇ ਉਹਨਾਂ ਕੋਲੋਂ ਲੁੱਟ ਹੋਣ ਦੇ ਬਜਾਏ ਜਿਹੜੇ ਕਾਬਲ ਵਕੀਲ ਆ ਤੁਸੀਂ ਉਹਨਾਂ ਦੀ ਸਲਾਹ ਲੈ ਕੇ ਜਿਹੜੇ ਆਪਣੇ ਪ੍ਰਤੀਕ ਆ ਉਹਨਾਂ ਨੂੰ ਅੱਗੇ ਲਿਜਾ ਸਕਦੇ ਆ ਇਹ ਕੁਝ ਗੱਲਾਂ ਸੀਗੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਸੀਗੇ ਮੈਂ ਚਾਹਾਂਗਾ ਕਿਉਂਕਿ ਸਾਨੂੰ ਭੈਣ ਜੀ ਨੇ ਬਹੁਤ ਹੀ ਇਹਨਾਂ ਨੂੰ ਅਸੀਂ ਵਾਰ-ਵਾਰ ਗੁਜਾਰਸ਼ ਕੀਤੀ ਆ ਤੇ ਇਹਨਾਂ ਨੇ ਸਾਨੂੰ ਜਿਹੜਾ ਸਮਾਂ ਦਿੱਤਾ ਵਾ ਕਿਉਂਕਿ ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਬਣਾਉਂਦੇ ਆ ਸਾਡਾ ਮਕਸਦ ਹੁੰਦਾ ਪੰਜਾਬੀ ਭਾਈਚਾਰੇ ਨੂੰ ਕੋਈ ਚੰਗੀ ਗੱਲ ਦੱਸਣੀ ਉਹਨਾਂ ਤੱਕ ਕੋਈ ਚੰਗਾ ਮੈਸੇਜ ਜਿਹੜਾ ਉਹ ਪਹੁੰਚਾਉਣਾ ਸੋ ਇਹ ਸਨ ਕੁਝ ਇਮੀਗ੍ਰੇਸ਼ਨ ਨਾਲ ਸੰਬੰਧਿਤ ਗੱਲਾਂ ਪੰਜੀ ਅਗਲਾ ਮੇਰਾ ਇੱਕ ਸਵਾਲ ਆ ਨੈਸ਼ਨੈਟੀ ਨੂੰ ਲੈ ਕੇ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਬੜਾ ਵੱਡਾ ਕਰੇਜ ਆ ਵੀ ਅਸੀਂ ਇੱਥੋਂ ਇਟਲੀ ਦੀ ਨੈਸ਼ਨੈਟੀ ਜਿਹੜੀ ਆ ਉਹ ਜ਼ਰੂਰ ਲਈਏ ਤੁਸੀਂ ਸਾਡੇ ਜਿਹੜੇ ਦਰਸ਼ਕਾਂ ਨੂੰ ਸੰਖੇਪ ਵਿੱਚ ਦੱਸੋ ਵੀ ਇਟਲੀ ਦੀ ਨੈਸ਼ਨਲਟੀ ਅਪਲਾਈ ਕਰਨ ਵਾਸਤੇ ਕੀ ਕੀ ਚਾਹੀਦਾ ਵਾ ਤੇ ਜਾਂ ਜਿਹੜਾ ਸਾਨੂੰ ਕਿੰਨੇ ਸਾਲ ਬਾਅਦ ਇੱਕ ਜਿਹੜਾ ਇਟਲੀ ਦਾ ਪਾਸਪੋਰਟ ਆਉ ਮਿਲਦਾ ਵਾ ਸਾਨੂੰ ਇਹ ਵੀ ਦੱਸੋ ਡਿਟੇਲ ਚ ਸਭ ਤੋਂ ਪਹਿਲਾਂ ਤਾਂ ਨੈਸ਼ਨਲਟੀ ਅਪਲਾਈ ਕਰਨ ਲਈ 10 ਸਾਲ ਦਾ ਰੈਜ਼ੀਡੈਂਸਾ ਹੋਣਾ ਚਾਹੀਦਾ ਆ ਇਟਲੀ ਦੇ ਵਿੱਚ ਤੇ ਜਿਹੜੀ ਮੇਨ ਰਿਕੁਆਇਰਮੈਂਟ ਇਸ ਟਾਈਮ ਪ੍ਰੇਫੇਕਚੂਰੇ ਵਾਲੇ ਮੰਗ ਰਹੇ ਉਹ ਹੈਗੀ ਰੈਦੀਟੋ ਕਿ ਆਖਰੀ 3 ਸਾਲਾਂ ਦੀ ਰੈਦੀਟੋ ਜ਼ਰੂਰੀ ਹੋਣੀ ਚਾਹੀਦੀ ਆ ਪਹਿਲਾਂ ਅਗਰ ਰੈਦੀਟੋ ਘੱਟ ਵੀ ਹੁੰਦੀ ਸੀਗੀ ਦਾ ਦਮੰਡਾ ਅਕਸੈਪਟ ਹੋ ਜਾਂਦਾ ਸੀਗਾ ਔਰ ਬਾਅਦ ਵਿੱਚ 2 ਸਾਲਾਂ ਬਾਅਦ ਜਾਂ ਸਾਲ ਬਾਅਦ ਜਦੋਂ ਵੈਰੀਫਿਕੇਸ਼ਨ ਕਰਦੇ ਸੀਗੇ ਤੇ ਤੁਹਾਡੇ ਕੋਲ ਰੈਦੀ ਤੋਂ ਮੰਗਦੇ ਸੀ ਤੇ ਤੁਸੀਂ ਆਪਣੀ ਕੁਡ ਲਾ ਕੇ ਦਮੰਡਾ ਕੰਪਲੀਟ ਕਰ ਸਕਦੇ ਸੀ ਹੁਣ ਪ੍ਰੋਸੀਜਰ ਚੇਂਜ ਹੋ ਗਏ ਆ ਹੁਣ ਆਨਲਾਈਨ ਦਮੰਡੇ ਹੁੰਦੇ ਆ ਤੇ ਆਨਲਾਈਨ ਅਗਰ ਤੁਹਾਡੀ ਰੈਦੀ ਤੋਂ ਘੱਟ ਆ ਤੇ ਉਹ ਸੁਬੀਤ ਉਹ ਦਮੰਦਾਤਾ ਰਿਜੈਕਟ ਹੋ ਜਾਂਦਾ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਿਓ ਕਿ ਅਗਰ ਤੁਸੀਂ ਦਮੰਦਾ ਕਰਨਾ ਚਾਹੁੰਦੇ ਆ ਤਾਂ ਤੁਸੀਂ ਉਹ ਆਪਣੀ ਰੈਦੀ ਤੋਂ ਪਹਿਲਾਂ ਵੈਰੀਫਿਕੇਸ਼ਨ ਕਰ ਲਓ ਕਿ ਤੁਹਾਡੀ ਪੂਰੀ ਆ ਉਹ ਕਿਉਂਕਿ ਫੈਮਲੀ ਤੇ ਡਿਪੈਂਡ ਕਰਦੀ ਆ ਤੁਹਾਡੇ ਤੇ ਕਿੰਨੇ ਬੰਦੇ ਕਾਰੀਕੋ ਆ ਵਾਈਫ ਕਾਰੀਕੋ ਆ ਬੱਚੇ ਕਾਰੀਕੋ ਆ ਜਾਂ ਕੋਈ ਜੇਨੀਟੋਰੀ ਕਾਰੀਕੋ ਆ ਉਹਦੇ ਤੇ ਡਿਪੈਂਡ ਕਰਦੀ ਆ ਰੈਦੀ ਤੋਂ ਦੂਜੀ ਇੱਕ ਮਿੰਟ ਮੈਂ ਜੀ ਤੁਸੀਂ ਸਾਨੂੰ ਨਾਲ ਦੇ ਨਾਲ ਇਹ ਗੱਲ ਕਲੀਅਰ ਕਰ ਦਿਓ ਕਿ ਜੇ ਇੱਕ ਸਿੰਗਲ ਪਰਸਨ ਆ ਉਹਦੀ ਰਾਇਦੀ ਤੋਂ ਕਿੰਨੀ ਆ ਤੇ ਜ਼ਿਆਦਾਤਰ ਜਿਹੜੇ ਦੋ ਬੱਚਿਆਂ ਵਾਲੇ ਆ ਉਹਨਾਂ ਦੀ ਰਾਇਦੀ ਤੋਂ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਆ ਜੇ ਇੱਕ ਸਿੰਗਲ ਬੰਦਾ ਆ ਜਿਹਦੀ ਜਿਹਦੇ ਤੇ ਕੋਈ ਵੀ ਕਾਰਕੋਤ ਨਹੀਂ ਹੈਗਾ ਉਹਨੂੰ 8300 ਕੁੱਡ ਚਾਹੀਦੀ ਆ ਦੁਮੰਦ ਅਪਲਾਈ ਕਰਨ ਲਈ ਮਤਲਬ ਆਖਰੀ ਤਿੰਨਾਂ ਸਾਲਾਂ ਦੀ ਕੁੱਡ 8300 ਹੋਣੀ ਚਾਹੀਦੀ ਆ ਹਰ ਸਾਲ 8300 ਤੋਂ ਘੱਟ ਰੈਦੀ ਤੋਂ ਨਹੀਂ ਹੋਣੀ ਚਾਹੀਦੀ ਇੱਕ ਬਹੁਤ ਮੈਨੂੰ ਸਵਾਲ ਹਮੇਸ਼ਾ ਹੁੰਦਾ ਕਿ ਇਮਸ ਦੀ ਜੇ ਕਿਸੇ ਨੇ ਡਿਸਓਕੂਪਾਜ਼ੋਨੇ ਲਈ ਆ ਜਾਂ ਇਮਸ ਵੱਲੋਂ ਕੋਈ ਪੈਸੇ ਮਿਲੇ ਉਹ ਰੈਦੀ ਤੋਂ ਕਾਊਂਟ ਹੁੰਦੀ ਆ ਜਾਂ ਨਹੀਂ ਹਾਂਜੀ ਉਹ ਰੈਦੀ ਤੋਂ ਵੀ ਕਾਊਂਟ ਹੁੰਦੀ ਆ ਤੁਸੀਂ ਆਪਣਾ ਸੈਤੇ ਤਰਨਤਾ ਕਰਕੇ ਆਪਣੀ ਟੋਟਲ ਰੈਦੀ ਤੋਂ ਜਿਹੜੀ ਆ ਅ ਦੇਖ ਸਕਦੇ ਆ ਸਿੰਗਲ ਪਰਸਨ ਲਈ 8300 ਆ ਜੇ ਵਾਈਫ ਜਾਂ ਹਸਬੈਂਡ ਕਾਰੀ ਕੋ ਤੇ ਆ ਤੇ 11300 ਆ ਤੇ ਹਰ ਬੱਚੇ ਪਿੱਛੇ 516 ਯੂਰੋ ਜਿਹੜੇ ਆ ਐਡ ਹੁੰਦੇ ਆ ਰੈਡੀਟੋ ਦੇ ਵਿੱਚ ਕਿੰਦੀ ਜੇ ਵਾਈਫ ਕਾਰੀ ਕੋ ਤੇ ਆ ਤੇ 11300 ਜੇ ਇੱਕ ਬੱਚਾ ਕਾਰੀ ਕੋ ਤੇ ਆ ਤੇ ਪਲੱਸ 516 ਯੂਰੋ ਹਰ ਬੱਚੇ ਪਿੱਛੇ ਆ ਭੰਜੀ ਜਿਸ ਤਰ੍ਹਾਂ ਤੁਸੀਂ ਬੜੀ ਡਿਟੇਲ ਚ ਸਾਨੂੰ ਸਾਰੀ ਜਿਹੜੀ ਹੈ ਜਾਣਕਾਰੀ ਇਹ ਦਿੱਤੀ ਆ ਸੋ ਇੱਕ ਜਿਹੜਾ ਅਹਿਮ ਮੁੱਦਾ ਵਾ ਨੈਸ਼ਨਲਟੀ ਅਪਲਾਈ ਕਰਨ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਆ ਦੁਬਦਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਪੇਪਰ ਲੱਗਣੇ ਆ ਕੀ ਲੱਗਣਾ ਵਾ ਉਹ ਕਿਸੇ ਕੋ ਜਾਣਦੇ ਆ ਕੋਈ ਵਕੀਲ ਕੋਸ਼ ਦੱਸਦਾ ਵਾ ਜਾਂ ਜਿਹੜੇ ਪਿੰਡਾਂ ਚ ਆਮ ਬੈਠੇ ਆ ਕੋਈ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਦਿੰਦਾ ਮੈਂ ਚਾਹੁੰਨਾ ਕਿ ਇਸ ਪ੍ਰੋਗਰਾਮ ਰਾਹੀਂ ਜਿਹੜੀ ਇੱਕ ਸਚਾਈ ਆ ਉਹ ਲੋਕਾਂ ਤਾਈਂ ਪਹੁੰਚੇ ਔਰ ਤੁਸੀਂ ਸਾਨੂੰ ਇਹ ਦੱਸੋ ਵੀ ਨੈਸ਼ਨੈਲਟੀ ਅਪਲਾਈ ਕਰਨ ਲਈ ਕਿਹੜੇ-ਕਿਹੜੇ ਪੇਪਰ ਚਾਹੀਦੇ ਨੇ ਨੈਸ਼ਨਲਟੀ ਅਪਲਾਈ ਕਰਨ ਲਈ ਤੁਹਾਡੇ ਇੱਥੇ ਦੇ ਜਿਹੜੇ ਚਾਰ ਮੇਨ ਡਾਕੂਮੈਂਟ ਪਾਸਪੋਰਟ, ਕਰਤਾ ਦੇਨਟੀਤਾ ਕੋਦੀਚੇ ਫਿਸਕਾਲੇ ਤੇ ਪਰਮੈਸੋ ਦੀ ਸੋਜੋਰਨੋ ਚਾਹੀਦੀ ਹੁੰਦੀ ਹੈ ਉਸ ਤੋਂ ਸਿਵਾਏ ਜਿਹੜੇ ਮੇਨ ਦੋ ਡਾਕੂਮੈਂਟ ਸਭ ਤੋਂ ਪਹਿਲਾਂ ਜਿੱਥੋਂ ਆਪਾਂ ਸ਼ੁਰੂਆਤ ਕਰਦੇ ਉਹ ਹੈਗਾ ਇੰਡੀਆ ਤੋਂ ਬਰਥ ਸਰਟੀਫਿਕੇਟ ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਆ ਉਹ ਚਾਹੀਦਾ ਆ ਜਿਹੜਾ ਬਰਥ ਸਰਟੀਫਿਕੇਟ ਹੁੰਦਾ ਇਹ ਦੋਵੇਂ ਡਾਕੂਮੈਂਟ ਮੈਂ ਇਹ ਦੱਸ ਦਵਾਂ ਵਿਸਥਾਰ ਨਾਲ ਕਿ ਡੀਸੀ ਸਾਈਨ ਕਾਊਂਟਰਸਾਈਨ ਤੇ ਪਟਿਆਲਾ ਹਾਊਸ ਦਾ ਟੈਸਟਡ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਟ੍ਰਾਂਸਲੇਸ਼ਨ ਆ ਤੇ ਟੈਸਟਡ ਆ ਉਹ ਇੱਥੋਂ ਆਪਾਂ ਟ੍ਰਿਬਿਊਨਲੇ ਤੋਂ ਕਰਾ ਸਕਦੇ ਆ ਕਿਉਂਕਿ ਇੰਡੀਆ ਐਮਬੈਸੀ ਕਰ ਨਹੀਂ ਕਰ ਰਹੀ ਹੈਗੀ ਜੇ ਕਰ ਰਹੀ ਆ ਤੇ ਬਹੁਤ ਜ਼ਿਆਦਾ ਟਾਈਮ ਲਾ ਰਹੀ ਆ ਤੇ ਉਹਦੇ ਵਿੱਚ ਕਈ ਵਾਰ ਪੀਸੀਸੀ ਦੀ ਜਿਹੜੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਡੇਟ ਹੁੰਦੀ ਹੈ ਵੈਲਿਡਿਟੀ ਉਹ ਨਿਕਲ ਜਾਂਦੀ ਆ ਕਿਉਂਕਿ ਬਰਥ ਸਰਟੀਫਿਕੇਟ ਦੀ ਕੋਈ ਵੈਲਿਡਿਟੀ ਨਹੀਂ ਹੁੰਦੀ ਅਗਰ ਉਹ ਤੁਹਾਡੇ ਕੋਲ 10 ਸਾਲ ਪੁਰਾਣਾ ਵੀ ਪਿਆ ਹੋਇਆ ਆ ਬਰਥ ਸਰਟੀਫਿਕੇਟ ਪਟਿਆਲਾ ਹਾਊਸ ਤੱਕ ਟੈਸਟਡ ਹੋਇਆ ਆ ਤਾਂ ਉਹਨੂੰ ਤੁਸੀਂ ਇੱਥੇ ਟਰਾਂਸਲੇਸ਼ਨ ਕਰਕੇ ਤਰੀਬੂਨਾਲੇ ਤੋਂ ਟੈਸਟਡ ਕਰਾ ਕੇ ਵਰਤ ਸਕਦੇ ਆ ਦੁਮੰਦਾ ਕਰਨ ਲਈ ਪਰ ਜਿਹੜੀ ਪੁਲਿਸ ਕਲੀਅਰੈਂਸ ਦੀ ਸਰਟੀਫਿਕੇਟ ਦੀ ਵੈਲਿਡਿਟੀ ਆ ਉਹ 6 ਮਹੀਨੇ ਵੈਲਿਡ ਹੁੰਦੀ ਆ ਇਸ ਕਰਕੇ 6 ਮਹੀਨੇ ਜਦੋਂ ਤੋਂ ਇਸ਼ੂ ਹੁੰਦਾ ਆ ਨਾ ਕਿ ਜਦੋਂ ਤੋਂ ਅਟੈਸਟਡ ਹੁੰਦਾ ਆ ਇਸ ਕਰਕੇ ਜਿਸ ਟਾਈਮ ਪੁਲਿਸ ਸਟੇਸ਼ਨ ਤੋਂ ਪੀਸੀਸੀ ਨਿਕਲ ਜਾਂਦੀ ਆ ਤੇ ਫੋਟੋ ਦੇ ਥੱਲੇ ਇੱਕ ਤਰੀਕ ਲਿਖੀ ਹੁੰਦੀ ਆ ਉਹ ਤੋਂ 6 ਮਹੀਨੇ ਦੇ ਅੰਦਰ ਤੁਸੀਂ ਦੁਮੰਦਾ ਸਿਟੀਜ਼ਨ ਦਾ ਕਰਨਾ ਹੁੰਦਾ ਆ ਮੈਂ ਇੱਕ ਗੱਲ ਹੋਰ ਦੱਸ ਦਵਾਂ ਕਿ ਇਹ ਕੋਵਿਡ ਦੀ ਵਜ੍ਹਾ ਨਾਲ 6 ਮਹੀਨੇ ਦੀ ਵੈਲਿਡਿਟੀ ਨੂੰ ਵਧਾਇਆ ਗਿਆ ਆ ਅਗਰ ਜਿਨ੍ਹਾਂ ਦੇ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਐਕਸਪਾਇਰ ਹੋ ਗਏ ਆ ਪੀਸੀਸੀ ਉਹ ਵੀ ਉਹ ਉਸੇ ਪੀਸੀਸੀ ਤੇ ਦੁਮੰਦਾ ਕਰ ਸਕਦੇ ਆ 31 ਮਾਰਚ ਤੱਕ ਇਹ ਪਿਛਲੇ ਹਫਤੇ ਪ੍ਰੇਫੈਕਚਰੇ ਨੇ ਕਲੀਅਰ ਕੀਤਾ ਆ ਕਿ ਅਗਰ 31 ਮਾਰਚ ਤੱਕ ਤੁਸੀਂ ਉਹ ਪਹਿਲੇ ਪੀਸੀਸੀ ਅਗਰ ਤੁਹਾਡੇ ਖਤਮ ਵੀ ਹੋ ਗਈਆਂ ਆ ਮੰਨ ਲਓ 6 ਮਹੀਨੇ ਪਹਿਲਾਂ ਖਤਮ ਹੋ ਗਈਆਂ ਆ ਤੇ 31 ਮਾਰਚ ਤੱਕ ਤੁਸੀਂ ਦੁਮੰਦਾ ਪੀਸੀਸੀ ਉਹੀ ਨਾਲ ਪੀਸੀਸੀ ਲਾ ਕੇ ਕਰ ਸਕਦੇ ਆ ਉਸ ਤੋਂ ਸવાય ਜਿਵੇਂ ਮੈਂ ਪਹਿਲਾਂ ਦੱਸਿਆ ਤਿੰਨ ਕੁੱਡ ਰੈਜ਼ਿਡੈਂਸ ਹਿਸਟੋਰੀ ਕੋ ਦੀਆਂ ਤਰੀਕਾਂ ਸਟੇਟੂ ਠੀ ਫੈਮਿਲੀ ਰੈਜ਼ਿਡੈਂਸਾ ਚਾਇਦਾ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਐਡ ਕਰਦਾ ਕਿ ਪਹਿਲਾਂ ਆਪਾਂ ਨੂੰ ਕਮੂਨੇ ਜਾ ਕੇ ਮਾਰਕਾ ਦੀ ਬੋਲੋ ਲਾ ਕੇ ਉਹ ਸਰਟੀਫਿਕੇਟ ਕਢਾਉਣੇ ਪੈਂਦੇ ਸੀ ਹੁਣ ਨਵੇਂ ਲੈਜੇ ਮੁਤਾਬਕ ਆ ਐਨਏਪੀਆਰ ਇੱਕ ਵੈਬਸਾਈਟ ਆ ਉਹਦੇ ਤੇ ਤੁਸੀਂ ਸਪੀਡ ਨਾਲ ਲੌਗਇਨ ਹੋ ਕੇ ਇਹ ਸਰਟੀਫਿਕੇਟ ਜਿਹੜੇ ਆ ਆਪਣੇ ਆਨਲਾਈਨ ਵੀ ਡਾਊਨਲੋਡ ਕਰ ਸਕਦੇ ਆ ਤੁਹਾਨੂੰ ਕਮੂਨੇ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਘਰ ਬੈਠੇ ਇਹ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਆ ਸਿਟੀਜ਼ਨਸ਼ਿਪ ਲਈ ਤੇ 250 ਯੂਰੋ ਦੀ ਜਿਹੜੀ ਬੋਲੈਟੀ ਨੂੰ ਪੋਸਟੇ ਦੇ ਵਿੱਚ ਧਰਦੀ ਆ ਸੀ ਸਿਟੀਟਾਡਿਨਾਨਜ਼ਾ ਦਿਓ ਬੋਲੇਟਿਨੋ ਪ੍ਰੀ ਕੰਪੀਲਟੋ ਹੁੰਦੀ ਆ ਸਿਰਫ ਨਾਮ ਤੇ ਡਰੈਸ ਭਰ ਕੇ ਤਾਰਨੇ ਹੁੰਦੇ ਆ ਪੈਸੇ ਉਹ ਮੈਂ ਤੁਹਾਨੂੰ ਹਮੇਸ਼ਾ ਇਹ ਸਲਾਹ ਦਵਾਂਗੀ ਕਿ ਪਹਿਲਾਂ ਆਪਣੇ ਡਾਕੂਮੈਂਟ ਸਾਰੇ ਚੈੱਕ ਕਰਾ ਕੇ ਰਿਕੁਆਇਰਮੈਂਟਾਂ ਚੈੱਕ ਕਰਾ ਕੇ ਫਿਰ ਹੀ ਤਾਰਿਓ ਕਿਉਂਕਿ ਅਗਰ ਇੱਕ ਵਾਰੀ ਪੈਸੇ ਤਾਰ ਗਏ ਹਾਂ ਤੁਸੀਂ ਵਾਪਸ ਲੈ ਸਕਦੇ ਆ ਅਗਰ ਤੁਹਾਡਾ ਦਮੰਡ ਅਕਸੈਪਟ ਨਹੀਂ ਹੁੰਦਾ ਪਰ ਮਿਨਿਸਟਰੀ ਕਾਫੀ ਟਾਈਮ ਇਸ ਟਾਈਮ ਲਾ ਰਹੀ ਆ ਔਰ ਇੰਬੋਰਸੋ ਕਰਨ ਲਈ ਤੇ ਇੱਕ ਮਾਰਕਾ ਦੀ ਬੋਲੋ 16 ਯੂਰੋ ਦੀ ਜਿਹੜੀ ਦਮੰਡੇ ਤੇ ਲੱਗਦੀ ਆ ਇਹ ਡਾਕੂਮੈਂਟ ਚਾਹੀਦੇ ਆ ਇੱਕ ਹੋਰ ਬੜੀ ਇੱਚੋ ਜਾਣਕਾਰੀ ਨਿਕਲਣੀ ਆ ਚਿੱਤੀਪਿਕਾ ਤੋਂ ਦੀ ਸਟੋਰੀ ਕਾ ਦੀ ਇਹਨਾਂ ਨੇ ਭੈਣ ਜੀ ਨੇ ਗੱਲ ਕੀਤੀ ਆ ਮੈਂ ਇਹਨਾਂ ਨੂੰ ਇੱਥੇ ਟੋਕ ਕੇ ਇਹਦਾ ਵੀ ਜਵਾਬ ਲੈਣਾ ਚਾਹੁੰਨਾ ਭੈਣ ਜੀ ਕਈ ਵਾਰੀ ਇਹ ਚੀਜ਼ ਹੋ ਰਹੀ ਆ ਵੀ ਅਸੀਂ ਇੱਕ ਤੋਂ ਵੱਧ ਕਮੂਨਿਆਂ 'ਚ ਜਿਹੜਾ ਵਾ ਉਹ ਰਹਿਨੇ ਹੁੰਨੇ ਆ ਜਿਹੜੇ 10 ਸਾਲਾਂ ਸੀ ਆਪਣਾ ਰੈਜ਼ੀਡੈਂਸ ਆ ਬਦਲਦੇ ਆ ਕਿਉਂਕਿ ਕੰਮਕਾਰ ਦੀ ਪ੍ਰੋਬਲਮ ਦਾ ਕਰਕੇ ਸਾਨੂੰ ਬਦਲਣਾ ਪੈਂਦਾ ਕੀ ਉਹ ਸਾਨੂੰ ਜਿਹੜੇ ਅਸੀਂ ਆਖਰੀ ਕਮੂਨੇ ਵਿੱਚ ਰਹਿੰਦੇ ਆ ਉਥੋਂ ਹੀ ਮਿਲ ਜਾਂਦਾ ਜਾਂ ਪਹਿਲਾਂ ਮੈਨੂੰ ਯਾਦ ਆ ਕਿ ਅਸੀਂ ਜਿੱਥੇ-ਜਿੱਥੇ ਰਹੇ ਸੀ ਸਾਨੂੰ ਸਾਰਿਆਂ ਥਾਵਾਂ ਤੋਂ ਚਿੱਤੀ ਫਕਾਦੋ ਦੀ ਸਟੋਰੀ ਕੋ ਲੈਣਾ ਪੈਂਦਾ ਸੀ ਇਹ ਗੱਲ ਨੂੰ ਵੀ ਜ਼ਰੂਰ ਕਲੀਅਰ ਕਰਿਓ ਇੱਥੇ ਹਾਂਜੀ ਨਾਰਮਲੀ ਸਾਰੇ ਕਮੂਨਿਆਂ ਤੋਂ ਜਿੱਥੇ-ਜਿੱਥੇ ਤੁਸੀਂ ਰਹੇ ਆ ਉੱਥੋਂ ਲੈਣਾ ਪੈਂਦਾ ਆ ਅਗਰ ਤੁਹਾਡੇ ਕਮੂਨੇ ਹਲੇ ਤੁਹਾਡੇ ਚੰਗੇ ਆ ਤਾਂ ਉਹ ਤੁਹਾਡੀ ਹੈਲਪ ਕਰ ਸਕਦੇ ਆ ਉਹ ਦਾਤੇ ਤੁਹਾਨੂੰ ਦੇਣ ਦੇ ਵਿੱਚ ਜਿਵੇਂ ਮੈਂ ਹੁਣ ਕਲੀਅਰ ਕੀਤਾ ਕਿ ਸਾਰਾ ਤੁਸੀਂ ਸਪੀਡ ਤੋਂ ਵੀ ਆਪਣਾ ਕੱਢ ਸਕਦੇ ਆ ਇਸ ਕਰਕੇ ਹੁਣ ਆਨਲਾਈਨ ਮੰਗ ਅਗਰ ਆਨਲਾਈਨ ਸਪੀਡ ਨਾਲ ਤੁਸੀਂ ਚੈੱਕ ਕਰੋਗੇ ਤੁਹਾਨੂੰ ਰੈਜ਼ੀਡੈਂਸ ਹਿਸਟੋਰੀ ਕੋ ਦੀ ਸਰਟੀਫਿਕੇਟ ਉਹਦੀਆਂ ਸਾਰੀਆਂ ਤਰੀਕਾਂ ਜਿਹੜੀਆਂ ਆ ਹੁਣ ਸਪੀਡ ਰਾਈ ਹੀ ਮਿਲ ਸਕਦੀਆਂ ਆ ਪਰ ਚਾਹੀਦੀਆਂ ਹਰ ਕਮੂਨੇ ਦੀਆਂ ਆ ਕਿ ਹਰ ਕਮੂਨੇ ਦੇ ਵਿੱਚ ਵਿਆ ਪ੍ਰੋਪਰ ਵਿਆ ਕਰਦਾ ਨੰਬਰ ਤੇ ਕਿੰਨੇ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਤੁਸੀਂ ਕਿਸ ਕਮੂਨੇ ਦੇ ਵਿੱਚ ਰਹੇ ਹੋ ਸਾਰੀ ਡਿਟੇਲਡ ਦਮਾਂਦੇ ਦੇ ਵਿੱਚ ਭਰਨੀ ਹੁੰਦੀ ਹੈ ਸਾਡੇ ਜਿਹੜੇ ਪੰਜਾਬੀ ਆ ਉਹ ਇੱਕ ਗੱਲ ਨੂੰ ਲੈ ਕੇ ਹਮੇਸ਼ਾ ਬਹੁਤ ਦੁਬੀ ਵਿੱਚ ਰਹਿੰਦੇ ਨੇ ਤੁਸੀਂ ਇਸ ਗੱਲ ਨੂੰ ਕਲੀਅਰ ਕਰੋ ਵੀ ਜਿਹੜੇ ਇੱਕ ਨੈਸ਼ਨਲਟੀ ਦਾ ਪ੍ਰਾਤੀਕਾ ਵਾ ਜਿੱਦਾਂ ਪਹਿਲਾਂ ਉਹਨੂੰ 2 ਸਾਲ ਲੱਗਦਾ ਸੀ ਫਿਰ ਉਹ ਕਹਿਣ ਲੱਪੈ ਇਹਨੂੰ 4 ਲੱਗਦੇ ਆ ਹੁਣ ਜਿਹੜਾ ਗਵਰਨਮੈਂਟ ਦਾ ਟਾਈਮ ਆ ਉਹ ਕਿੰਨਾ ਵਾ ਜਾਂ ਜੇ ਆਪਾਂ ਜਦੋਂ ਅਪਲਾਈ ਕਰਤੀ ਹੈ ਸਿਟੀਜ਼ਨ ਕਿੰਨੇ ਚਿਰ ਬਾਅਦ ਆਪਾਂ ਜਿਹੜਾ ਵਾ ਰਿਕੈਸਟਾ ਕਰ ਸਕਦੇ ਹਾਂ ਜਾਂ ਉਹਦੀ ਜਾਂਚ ਪੜਤਾਲ ਕਰ ਸਕਦੇ ਹਾਂ ਵੀ ਸਾਡਾ ਪ੍ਰਾਤੀਕਾ ਜਿਹੜਾ ਉਹ ਸਹੀ ਹੈ ਚੱਲ ਵੀ ਰਿਹਾ ਜਾਂ ਨਹੀਂ ਚੱਲ ਰਿਹਾ ਇਹ ਵੀ ਥੋੜਾ ਜਿਹਾ ਵਿਸਤਾਰ ਨਾਲ ਜ਼ਰੂਰ ਦੱਸ ਦਿਓ ਇਸ ਟਾਈਮਰ ਆਪਣਾ ਜਿਹੜੇ ਪੁਰਾਣੇ ਪ੍ਰਾਤੀਕੇ ਚੱਲ ਰਹੇ ਸੀਗੇ ਉਹਨਾਂ ਨੂੰ 4 ਸਾਲ ਦਾ ਟਾਈਮ ਪ੍ਰोसीਜਰ ਦਿੱਤਾ ਗਿਆ ਹੈ ਜਦੋਂ ਤੋਂ ਆਪਾਂ ਆਨਲਾਈਨ ਅਪਲਾਈ ਕਰ ਦਿੰਨੇ ਆ ਕਈ ਕਈ ਵਾਰ ਇਹ ਡਾਊਟ ਹੁੰਦੀ ਆ ਕਿ ਜਦੋਂ ਆਪਾਂ ਪੇਪਰ ਜਮ੍ਹਾਂ ਕਰਾਉਂਨੇ ਆ ਉਹਦੇ ਤੋਂ 4 ਸਾਲ ਦਾ ਟਾਈਮ ਹੁੰਦਾ ਜਾਂ ਨਹੀਂ ਜਦੋਂ ਦਮਾਂਦਾ ਆਨਲਾਈਨ ਹੋ ਗਿਆ ਉਹ ਤੋਂ 4 ਸਾਲ ਦਾ ਟਾਈਮ ਆ ਜਿਹੜੇ ਪਿਛਲੇ ਸਾਲ ਹੁਣ ਦਮਾਂਦੇ ਹੋਏ ਆ ਹੁਣ ਫਿਲਹਾਲ ਗਵਰਨਮੈਂਟ ਨੇ 2 ਸਾਲ ਦਾ ਟਾਈਮ ਰੱਖਿਆ ਆ ਤੇ ਅਗਰ ਪ੍ਰੇਫੈਕਚੂਰਾ ਚਾਵੇ ਕਿ ਜੇ ਕਿਸੇ ਪ੍ਰਾਤੀਕੇ ਚ ਕੰਪਲਿਕੇਸ਼ਨ ਕੋਸ਼ ਆ ਰਹੀ ਆ ਕਿ ਉਹਨਾਂ ਨੂੰ ਵੈਰੀਫਿਕੇਸ਼ਨ ਹੋਰ ਦੀ ਜ਼ਰੂਰਤ ਆ ਤੇ ਉਹ 3 ਸਾਲ ਤੱਕ ਟਾਈਮ ਲੈ ਸਕਦੇ ਆ ਕਿੰਦੀ ਫਿਲਹਾਲ 2 ਤੋਂ 3 ਸਾਲ ਦਾ ਟਾਈਮ ਪ੍ਰोसीजर ਚੱਲ ਰਿਹਾ ਆ 3 ਸਾਲ ਬਾਅਦ ਤੁਸੀਂ ਰਿਕੋਰਸੋ ਕਰ ਸਕਦੇ ਆ ਮਿਨਿਸਟਰੀ ਦੇ ਖਿਲਾਫ ਮਤਲਬ ਕੇਸ ਜਿਵੇਂ ਨੂੰ ਆਪਾਂ ਕਹਿ ਦਿੰਨੇ ਆ ਕਿ ਲਾ ਕੇ ਆਪਾਂ ਨੈਸ਼ਨੈਲਿਟੀ ਲੈ ਸਕਦੇ ਆ ਉਸ ਤੋਂ ਪਹਿਲਾਂ ਤੁਸੀਂ ਸੁਲੇਚੀ ਤੋਂ ਕਰ ਸਕਦੇ ਆ ਅਚਸਵਾਤੀ ਕਰ ਸਕਦੇ ਆ ਕਿ ਪ੍ਰੇਫੇਟੂਰੇ ਦੇ ਵਿੱਚ ਆਪਣੇ ਦਮਾਂਦੇ ਦੀ ਵੈਰੀਫਿਕੇਸ਼ਨ ਕਰ ਸਕਦੇ ਹੋ ਉਹ ਤੁਸੀਂ ਸਪੀਡ ਰਾਈ ਵੀ ਚੈੱਕ ਕਰ ਸਕਦੇ ਕਿ ਤੁਹਾਡੇ ਦਮਾਂਦੇ ਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜਿਸ ਤਰ੍ਹਾਂ ਸਾਨੂੰ ਬੜੀ ਵਿਸਤਾਰ ਨਾਲ ਭੈਣ ਜੀ ਸਾਰੇ ਜਿਹੜੀਆਂ ਗੱਲਾਂ ਬਾਤਾਂ ਉਹ ਦੱਸ ਰਹੇ ਨੇ ਔਰ ਮੈਨੂੰ ਇਹ ਵੀ ਆਸ ਆ ਵੀ ਇਹ ਜਿੰਨੀਆਂ ਵੀ ਗੱਲਾਂ ਬਾਤਾਂ ਹੋ ਰਹੀਆਂ ਵਾਂ ਜਿੰਨੇ ਵੀ ਇਟਲੀ ਦੇ ਵਿੱਚ ਸਾਡੇ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਇਹਦੇ ਤੋਂ ਇੱਕ ਬੜੀ ਵੱਡੀ ਜਿਹੜੀ ਆ ਘਰ ਬੈਠਿਆਂ ਨੂੰ ਜਾਣਕਾਰੀ ਮਿਲੂਗੀ ਸੋ ਅਗਲਾ ਜਿਹੜਾ ਮੇਰਾ ਸਵਾਲ ਆ ਭੈਣ ਜੀ ਉਹ ਇਹ ਆ ਕਿ ਜਦੋਂ ਆਪਾਂ ਇੱਕ ਵਾਰੀ ਨੈਸ਼ਨੈਟੀ ਵਾਸਤੇ ਅਪਲਾਈ ਕਰ ਦਿੰਨੇ ਆ ਉਹਦੇ ਜਿਹੜੇ ਆ ਕੀ ਪ੍ਰੋਸੀਜਰ ਆ ਕਿਉਂਕਿ ਆਪਾਂ ਇੱਕ ਗੱਲ ਹੋਰ ਇੱਥੇ ਜਿਹੜੀ ਕਲੀਅਰ ਕਰਾਂਗੇ ਕਿ ਇੱਥੇ ਜਿੰਨੇ ਵੀ ਜ਼ਿਲ੍ਹੇ ਆ ਉਹਨਾਂ ਦੇ ਆਪੋ ਆਪਣੇ ਤਰੀਕੇ ਦੇ ਜਾਂ ਸਟੇਟਾਂ ਦੇ ਆਪੋ ਆਪਣੇ ਤਰੀਕੇ ਦੇ ਰੂਲ ਆ ਸੋ ਮੈਂ ਗੱਲ ਭੈਣ ਜੀ ਨੂੰ ਪੁੱਛਣੀ ਚਾਹਾਂਗਾ ਵੀ ਉਸ ਤੋਂ ਬਾਅਦ ਵਿੱਚ ਕੀ ਪ੍ਰੋਸੀਜਰ ਆ ਜਦੋਂ ਇੱਕ ਵਾਰੀ ਆਪਾਂ ਅਪਲਾਈ ਕਰ ਦਿੰਨੇ ਆ ਸਿਟੀਜ਼ਨਸ਼ਿਪ ਵਾਸਤੇ ਜਦੋਂ ਇੱਕ ਵਾਰੀ ਦਮੰਦਾ ਆਪਾਂ ਆਨਲਾਈਨ ਇਨਵਿਆਰੇ ਕਰ ਦਿੱਤਾ ਉਸ ਤੋਂ ਬਾਅਦ ਰੀਸੀਵਟ ਆ ਸਬੂਤੋ ਮਿਲ ਜਾਂਦਾ ਆ ਪਰ ਉਸ ਤੋਂ ਬਾਅਦ ਕੁਝ ਹਫ਼ਤੇ ਬਾਅਦ 2-3 ਹਫ਼ਤਿਆਂ ਦੇ ਅੰਦਰ ਇੱਕ ਕਾਪਾ ਦੀਏ ਚ ਆਉਂਦਾ ਆ ਉਹ ਬਹੁਤ ਜ਼ਰੂਰੀ ਆ ਅਗਰ ਤੁਹਾਡਾ ਕਾਪਾ ਦੀਏ ਚ ਆ ਜਾਂਦਾ ਜਿਹੜਾ ਨੂਮੇਰੋ ਪ੍ਰਾਤੀਕਾ ਹੁੰਦਾ ਆ ਅਗਰ ਉਹ ਆ ਜਾਂਦਾ ਇਹਦਾ ਮਤਲਬ ਕਿ ਤੁਹਾਡੇ ਡਾਕੂਮੈਂਟ ਸਾਰੇ ਸਹੀ ਨੇ ਕਿ ਤੁਹਾਡਾ ਪ੍ਰਾਤੀਕੇ ਦਾ ਪ੍ਰੋਸੀਜਰ ਸ਼ੁਰੂ ਕਰ ਦਿੱਤਾ ਆ ਜਗਰੋਂ ਨਹੀਂ ਆਉਂਦਾ ਤੇ ਉਹ ਤੁਹਾਨੂੰ ਕੋਈ ਆਬਜੈਕਸ਼ਨ ਲਾਉਂਦੇ ਆ ਲਿਖਿਆ ਹੁੰਦਾ ਮੋਟਿਵੋ ਕਿ ਕੀ ਕਾਰਨ ਹੈ ਕਿ ਤੁਹਾਡਾ ਦਮੰਦਾ ਅਕਸੈਪਟ ਨਹੀਂ ਹੋਇਆ ਹੈਗਾ ਇਹ ਸਾਰੀ ਜਾਣਕਾਰੀ ਪਹਿਲਾਂ ਤਾਂ ਲੈਟਰ ਰਾਹੀਂ ਘਰ ਆਉਂਦੀ ਸੀਗੀ ਹੁਣ ਸਾਰੀ ਜਾਣਕਾਰੀ ਸਪੀਡ ਰਾਹੀਂ ਹੀ ਆਨਲਾਈਨ ਹੀ ਉਹ ਪਾਉਂਦੇ ਆ ਘਰ ਕੋਈ ਲੈਟਰ ਨਹੀਂ ਆਉਂਦਾ ਹੈਗਾ ਇਸ ਕਰਕੇ ਕਈ ਵਾਰ ਕਾਲਾਂ ਆਉਂਦੀਆਂ ਕਿ ਅਸੀਂ ਦਮੰਦਾ ਕੀਤਾ ਸਾਨੂੰ ਕੋਈ ਲੈਟਰ ਨਹੀਂ ਘਰ ਆਇਆ ਹੈਗਾ ਕਿ ਕੋਈ ਪ੍ਰੋਬਲਮ ਆ ਉਹ ਸਾਰਾ ਹੁਣ ਸਪੀਡ ਤੇ ਹੀ ਆਉਂਦਾ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਤੁਸੀਂ ਆਪਣੀ ਸਪੀਡ ਤੇ ਦਮੰਦਾ ਜਿਹੜਾ ਚੈੱਕ ਕਰਦੇ ਰਹੋ ਪਹਿਲਾਂ ਹੁੰਦਾ ਸੀ ਕਿ ਪ੍ਰੇਫੈਕਚure ਕੋਸ਼ਮੀ ਨਿਆਬਾਦ ਤੁਹਾਨੂੰ ਪੁਆਇੰਟਮੈਂਟ ਆਨਲਾਈਨ ਦੇ ਕੇ ਪ੍ਰੇਫੈਕਚure ਦੇ ਵਿੱਚ ਬੁਲਾਉਂਦੇ ਸੀ ਇੰਡੀਆ ਤੋਂ ਜਿਹੜਾ ਬਰਥ ਸਰਟੀਫਿਕੇਟ ਪੁਲਿਸ ਕਲੀਅਰੈਂਸ ਜਿਹੜੀ ਬੋਲੇਤੀ ਨੂੰ ਆਪਾਂ ਤਾਰੀ ਦੀ ਆ ਤੇ ਤੁਹਾਡੇ ਜਿਹੜੇ ਡਾਕੂਮੈਂਟ ਹੀ ਹੁੰਦੇ ਆ ਉਹਨਾਂ ਨੂੰ ਲੈਣ ਲਈ ਪ੍ਰੇਫੈਕਚure ਬਲੋਂਦੇ ਸੀਗੇ origignal ਦੇਖਣ ਲਈ ਹੁਣ ਉਹ ਵੀ ਪ੍ਰੋਸੀਜਰ ਬੰਦ ਕਰ ਦਿੱਤਾ ਆ ਹਰ ਇੱਕ ਪ੍ਰੇਫੈਕਚure ਤੇ ਡਿਪੈਂਡ ਕਰਦਾ ਕੋਈ ਪ੍ਰੇਫੈਕਚure ਵਾਲੇ ਪੋਸਟ ਰਾਈ ਮੰਗਾਉਂਦੇ ਆ ਇਹ ਸਾਰੇ ਪੇਪਰ ਕੋਈ ਤਕਰੀਬਨ ਪ੍ਰੇਫੇਕਚੂਰਿਆ ਨੇ ਇਹ ਕਰ ਦਿੱਤਾ ਕਿ ਤੁਹਾਡੀ ਨੈਸ਼ਨੈਲਿਟੀ ਜਦੋਂ ਪ੍ਰੋਸੀਜਰ ਕੰਪਲੀਟ ਹੋ ਜਾਂਦਾ ਹੈ ਨੈਸ਼ਨੈਲਿਟੀ ਦਾ ਤੇ ਇਹ ਪੇਪਰ ਕਮੂਨੇ ਵਾਲੇ ਹੀ ਲੈਂਦੇ ਆ ਜਦੋਂ ਜੂਰਾਮਨ ਤੋਂ ਕਰਾਉਂਦੇ ਮੰਨ ਲਓ ਕਿ ਸੌਂਚ ਕਾਉਂਦੇ ਆ ਇਹ ਪੇਪਰ ਕਮੂਨੇ ਦੇ ਵਿੱਚ ਮੰਗਦੇ ਆ ਤੇ ਉਹ ਤੁਸੀਂ ਫਿਲਹਾਲ ਉਹਨਾਂ ਚਰ ਸੰਭ ਕੇ ਰੱਖਣੇ ਹੁੰਦੇ ਆ ਪੇਪਰ ਤੇ ਜਦੋਂ ਕਮੂਨੇ ਵਾਲੇ ਤੁਹਾਨੂੰ ਬੁਲਾਉਣਗੇ ਤੁਹਾਡੀ ਨੈਸ਼ਨੈਲਿਟੀ ਡਾਇਰੈਕਟ ਪ੍ਰੇਫੇਕਚੂਰੇ ਦੇ ਵਿੱਚ ਕਿੱਟ ਚੱਲ ਜੇਗੀ ਤੇ ਉਹ ਤੁਹਾਨੂੰ ਬੁਲਾਉਣਗੇ ਇਹ ਪੇਪਰ ਲੈ ਕੇ ਸੌਂਚ ਕਾਉਣ ਲਈ ਫੇਰ ਇੱਕ ਕਰੀ ਰਿਪੀਟ ਕਰਦਾ ਕਿ ਸਪੀਡ ਬਹੁਤ ਜ਼ਰੂਰੀ ਆ ਹੁਣ ਸਪੀਡ ਰਾਈ ਹੀ ਤੁਸੀਂ ਆਪਣਾ ਸਾਰਾ ਪ੍ਰਾਤਿਕਾ ਚੈੱਕ ਕਰ ਸਕਦੇ ਆ ਤਕਰੀਬਨ ਮੈਂ ਤੇ ਇਹੀ ਕਹੂੰਗੀ ਕਿ ਹਫਤੇ ਦੋ ਹਫਤੇ ਬਾਅਦ ਆਪਣਾ ਪ੍ਰਾਤਿਕਾ ਚੈੱਕ ਜਰੂਰ ਕਰਦੇ ਰਹੋ ਕਿਉਂਕਿ ਘਰ ਹੁਣ ਕੋਈ ਵੀ ਲੈਟਰ ਨਹੀਂ ਆਉਂਦਾ ਬਹੁਤ ਲੋਕੀ ਇਸ ਉਹ ਦੁਬਦ ਚ ਰਹਿ ਜਾਂਦੇ ਆ ਕਿ ਸ਼ਾਇਦ ਘਰ ਲੈਟਰ ਆਏਗਾ ਪੇਪਰਾਂ ਦਾ ਸਾਡੇ ਕੋਲ ਘਰ ਕੋਈ ਪੇਪਰ ਮੰਗਣਗੇ ਪਰ ਉਹ ਲੈਟਰ ਨਹੀਂ ਆਉਂਦਾ ਹੁਣ ਸਾਰਾ ਕੁਝ ਆਨਲਾਈਨ ਸਪੀਡ ਤੇ ਆਉਂਦਾ ਅਗਰ ਤੁਸੀਂ ਉਹ ਚੈੱਕ ਨਾ ਕਰੋ ਤੇ ਤੁਹਾਡਾ ਟਾਈਮ ਨਿਕਲ ਜੇ ਉਹਦੇ ਵਿੱਚ ਤੁਹਾਡੇ ਲਈ ਬਹੁਤ ਪ੍ਰੋਬਲਮ ਆ ਕਿਉਂਕਿ ਪ੍ਰਾਤਿਕਾ ਉਹ ਬੰਦ ਕਰ ਸਕਦੇ ਆ ਭੈਣ ਜੀ ਹੁਣ ਕੋ ਸਾਨੂੰ ਇੱਕ ਗੱਲ ਹੋਰ ਜਿਹੜੀ ਆ ਉਹ ਸਮਝ ਵਿੱਚ ਆਈ ਆ ਕਿ ਹੁਣ ਜਿਹੜਾ ਸਮਾਂ ਵਾ ਉਹ ਬਦਲ ਰਿਹਾ ਵਾ ਜਿਹੜਾ ਇੱਕ ਸਮਾਂ ਸੀ ਚਿੱਠੀਆਂ ਦਾ ਜਾਂ ਕਸਤੂਰਿਆਂ ਚ ਜਾਂ ਪਰਫਾ ਤੂਰਿਆਂ ਚ ਗੇੜੇ ਮਾਰਨ ਦਾ ਉਹ ਬਦਲ ਗਿਆ ਵਾ ਅੱਜ ਆਨਲਾਈਨ ਸਪੈਡ ਤੇ ਜਿਹੜਾ ਤੁਸੀਂ ਘਰ ਬੈਠੇ ਸਾਰਾ ਕੁਝ ਚੈੱਕ ਕਰ ਸਕਦੇ ਹੋ ਜਾਂ ਜਿਹੜੇ ਚੰਗੇ ਮਦਦਦਾਰ ਵਕੀਲ ਨੇ ਉਹਨਾਂ ਦੀਆਂ ਸਲਾਹਾਂ ਲੈ ਸਕਦੇ ਨੇ ਤਾਂ ਮਨਜਿੰਦਰ ਜੀ ਇੱਕ ਗੱਲ ਸਾਨੂੰ ਹੋਰ ਦੱਸੋ ਕਿ ਜਿਹੜੇ ਨੂਲੇ ਉਸਤੇ ਅਪਲਾਈ ਹੋਏ ਆ ਉਹ ਫੈਮਲੀਆਂ ਦੇ ਵੀ ਆ ਉਹਦੇ ਵਿੱਚ 9 ਮਹੀਨੇ ਵਾਲੇ ਨੂਲੇ ਉਸਤੇ ਵੀ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਦੂਸਰਾ ਜਿੱਦਾਂ ਮੈਂ ਵਾਰ-ਵਾਰ ਗੱਲ ਕਰ ਰਿਹਾ ਸਨਾਤੋਰੀਓ 2020 ਦੀ ਉਹਦੇ ਵਿੱਚ ਵੀ 2 ਸਾਲ ਦੇ ਕਰੀਬ ਦਾ ਸਮਾਂ ਲੰਘ ਚੱਲਿਆ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਵੀਰ ਆ ਜਿਹੜੇ ਨਵੇਂ ਮੁੰਡੇ ਆਏ ਆ ਜਿਨ੍ਹਾਂ ਨੇ ਆਪਣੀ ਹਜੇ ਜਿਹੜੀ ਜਵਾਨੀ ਆ ਉਹ ਜੀਣੀ ਸ਼ੁਰੂ ਕੀਤੀ ਆ ਬਹੁਤ ਸਾਰੇ ਖਾਬ ਲੈ ਕੇ ਇਟਲੀ ਦੀ ਧਰਤੀ ਤੇ ਆਏ ਆ ਔਰ ਉਹਨਾਂ ਨੂੰ ਬੜਾ ਪਰੇਸ਼ਾਨ ਹੋਣਾ ਪੈ ਰਿਹਾ ਵਾ ਇਹਦੇ ਵਿੱਚ ਸਾਨੂੰ ਇਹ ਦੱਸੋ ਵੀ ਉਹ ਜਿਹੜੀਆਂ ਚਿੱਠੀਆਂ ਵਾ ਉਹਨਾਂ ਨੂੰ ਕਿਉਂ ਨਹੀਂ ਆ ਰਹੀਆਂ ਜਾਂ ਜਾਂ ਜਿਹੜੇ ਨੂਲੇ ਉਸਤੇ ਆ ਉਹਨਾਂ ਨੂੰ ਵੀਜ਼ਾ ਲੱਗਣ ਲਈ ਜਾਂ ਨੂਲੇ ਉਸਤੇ ਫੈਮਲੀਆਂ ਦੇ ਲੈਣ ਲਈ ਇੰਨਾ ਟਾਈਮ ਕਿਉਂ ਲੱਗ ਰਿਹਾ ਵਾ ਪਹਿਲੀ ਗੱਲ ਤੇ ਹਰ ਇੱਕ ਪ੍ਰੇਫੇਕਚੂਰੇ ਦਾ ਆਪਣਾ ਆਪਣਾ ਟਾਈਮ ਆ ਨੂਲਾ ਉਸਤਾ ਦੇਣ ਲਈ ਕਈ ਪ੍ਰੇਫੇਕਚੂਰੇ ਪਿਛਲੇ ਸਾਲ ਤਕਰੀਬਨ ਆਪਾਂ ਨੂੰ ਪਤਾ ਕਿ ਕੋਵਿਡ ਦੀ ਵਜ੍ਹਾ ਨਾਲ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਸੀ ਕਿ ਪ੍ਰੇਫੇਕਚੂਰੇ ਵੀ ਬੰਦ ਸੀ ਅੰਬੈਸੀਆਂ ਨੇ ਵੀ ਵੀਜ਼ੇ ਬੰਦ ਕੀਤੇ ਹੋਏ ਸੀਗੇ ਇਸ ਵਜ੍ਹਾ ਨਾਲ ਪ੍ਰੇਫੇਕਚੂਰੇ ਆਲੇ ਵੀ ਨੂਲੇ ਉਸਤੇ ਨਹੀਂ ਸੀ ਦੇ ਰਹੇ ਹੈਗੇ ਹਰ ਕੇ ਪ੍ਰੇਫੇਕਚੂਰੇ ਤੇ ਡਿਪੈਂਡ ਕਰਦਾ ਆ ਨਾਰਮਲੀ ਜਿਵੇਂ ਮੈਂ ਤੁਹਾਨੂੰ ਐਗਜ਼ੈਂਪਲ ਦੇ ਤੌਰ ਤੇ ਦੱਸਾਂ ਬੈਰਗਮੋ ਦੇ ਵਿੱਚ ਤਕਰੀਬਨ ਸਾਲ ਦਾ ਟਾਈਮ ਲੱਗ ਰਿਹਾ ਹੈ ਜੇ ਪਿਛਲੇ ਸਾਲ ਵਾਲੇ ਜਿਹੜੇ ਨੁਲੇ ਉਸਤੇ ਆ ਉਹ ਪ੍ਰੇਫੇਕਚੂਰਾ ਕਲੀਅਰ ਕਰ ਰਿਹਾ ਹੈਗਾ ਆ ਬਰੇਸ਼ਾ ਜਿਵੇਂ ਆਪਾਂ ਗੱਲ ਕਰੀਏ ਤਾਂ ਉਹ ਨਾਰਮਲੀ ਇਸ ਸਾਲ ਦੇ ਜਿਹੜੇ ਨੂ ਲੈਓਸ ਤੇ ਆ ਉਹਨਾਂ ਤੇ ਕੰਮ ਕਰ ਰਹੇ ਆ ਇਹ ਹਰ ਇੱਕ ਪ੍ਰੇਫੇ ਤੂਰੇ ਦਾ ਇੱਕ ਟਾਈਮ ਆ ਦੂਜੀ ਗੱਲ ਇਹ ਕਿ ਸਪੀਡ ਦੀ ਮੈਂ ਉਹ ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਕਈ ਲੈਟਰ ਡੀਕਦੇ ਰਹਿੰਦੇ ਆ ਜ਼ਿਆਦਾਤਰ ਹੁਣ ਸਾਰਾ ਕੁਝ ਆਨਲਾਈਨ ਹੀ ਹੁੰਦਾ ਆ ਆਨਲਾਈਨ ਹੀ ਪੇਪਰ ਮੰਗਦੇ ਆ ਸਪੀਡ ਤੇ ਉਹ ਪੇਪਰ ਪਚਾਉਣੇ ਜ਼ਰੂਰੀ ਹੁੰਦੇ ਆ ਅਨ ਬਾਕੀ ਇਹੀ ਮੈਂ ਕਹੂੰਗੀ ਕਿ ਹਰ ਇੱਕ ਪ੍ਰੇਫੇਕਚੂਰੇ ਤੇ ਡਿਪੈਂਡ ਕਰਦਾ ਕਿ ਕੋਈ ਕਿੰਨਾ ਸਮਾਂ ਲਾ ਰਿਹਾ ਕਿਉਂਕਿ ਪ੍ਰੇਫੇਕਚੂਰਾ ਵੀ ਗਾਂ ਕਸਤੂਰੇ ਤੇ ਡਿਪੈਂਡ ਕਰਦਾ ਆ ਉਹਨਾਂ ਨੇ ਵੀ ਗਾਂ ਕਸਤੂਰੇ ਤੋਂ ਇਨਕੁਆਰੀ ਮੰਗਣੀ ਹੁੰਦੀ ਆ ਜਿੰਨਾ ਚਿਰ ਤੁਹਾਡੀ ਕਸਤੂਰਾ ਇਨਕੁਆਰੀ ਪਿੱਛੋਂ ਸਜੋਰਨੋ ਦੀ ਕਲੀਅਰ ਨਹੀਂ ਕਰਦਾ ਪ੍ਰੇਫੇਕਚੂਰਾ ਨੂੰ ਲਾਸਟਾ ਸਟੈਂਪਾਰੇ ਨਹੀਂ ਕਰ ਸਕਦਾ ਹੈਗਾ ਇਸ ਕਰਕੇ ਇਹ ਹਰ ਇੱਕ ਪ੍ਰੇਫੇਕਚੂਰੇ ਤੇ ਕਸਤੂਰੇ ਦੀ ਟਾਈਮਿੰਗ ਤੇ ਡਿਪੈਂਡ ਕਰਦਾ ਆ ਜਿਹੜਾ ਸਨਾਟੋਰੀਓ ਅਪਲਾਈ ਹੋਇਆ ਸੀਗਾ 2020 ਦੇ ਵਿੱਚ ਉਹਦੇ ਵਿੱਚ ਜਿਹੜੇ ਬੰਦੇ ਕੰਮ ਕਰ ਰਹੇ ਆ ਉਹਨਾਂ ਦੇ ਕੰਟਰੈਕਟ ਤੋਂ ਹੋ ਸਕਦੇ ਆ ਬਗੈਰ ਸਜ਼ੋਰ ਨੂੰ ਤੋਂ ਜਾਂ ਨਹੀਂ ਹੋ ਸਕਦੇ ਜਾਂ ਜਿਨ੍ਹਾਂ ਦੇ ਕੰਟਰੈਕਟ ਤੋਂ ਹੋਏ ਸੀ ਕਈਆਂ ਦੇ ਕੱਟੇ ਵੀ ਗਏ ਆ ਕਿਉਂਕਿ ਸੁਣੀਆਂ ਸੁਣਾਈਆਂ ਗੱਲਾਂ ਪਰ ਮੈਂ ਤੁਹਾਡੇ ਜ਼ਰੀਏ ਕਲੀਅਰ ਕਰਨਾ ਚਾਹੁੰਨਾ ਸਾਰਿਆਂ ਤੱਕ ਵੀ ਜਿਨ੍ਹਾਂ ਦੇ ਕੰਟਰੈਕਟ ਤੋਂ ਹੋਏ ਸੀਗੇ ਉਹ ਕੱਟੇ ਗਏ ਉਹਨਾਂ ਨੂੰ ਸਜ਼ੋਰ ਨੂੰ ਮਿਲਣ ਦੇ ਅਸਾਰ ਹੈਗੇ ਪੈਂ ਜੀ ਭਾਜੀ ਨਾਰਮਲੀ ਜਦੋਂ ਪਿੱਛੇ ਜੇ ਵੀ ਕਾਫੀ ਰੌਲਾ ਪਿਆ ਸੀ ਮੈਂ ਸਾਰੇ ਨੂੰ ਇਹ ਕਿਹਾ ਸੀ ਕਿ ਕੰਟਰੈਕਟ ਉਦੋਂ ਕਰਿਓ ਜਦੋਂ ਤੁਹਾਨੂੰ ਪ੍ਰੇਫੇਕਚੂਰੇ ਵੱਲੋਂ ਅਪਾਇੰਟਮੈਂਟ ਲੈਟਰ ਆ ਜਾਏਗਾ ਕਿਉਂਕਿ ਪ੍ਰੇਫੇਕਚੂਰੇ ਨੇ ਇਹ ਨਹੀਂ ਸੀ ਕਿ ਆ ਕਿ ਸੂਬੇ ਤੋਂ ਕੰਟਰੈਕਟੋ ਕਰ ਲਓ ਜਦੋਂ ਤੁਹਾਨੂੰ ਲੈਟਰ ਆ ਜਾਂਦਾ ਅਪਾਇੰਟਮੈਂਟ ਲੈਟਰ ਤੁਸੀਂ ਉਦੋਂ ਕੰਟਰੈਕਟੋ ਕਰ ਸਕਦੇ ਆ ਕਿਉਂਕਿ ਉਦੋਂ ਜ਼ਰੂਰੀ ਹੋ ਜਾਂਦਾ ਕੰਟਰੈਕਟੋ ਕਰਨਾ ਦੂਜੀ ਗੱਲ ਜਿੰਨਾ ਚਿਰ ਤੁਹਾਨੂੰ ਸਜ਼ੋਰ ਨੂੰ ਨਹੀਂ ਮਿਲਦੀ ਹੈਗੀ ਤੁਸੀਂ ਕੰਟਰੈਕਟੋ ਆਪਣਾ ਚੱਲਦਾ ਰੱਖੋ ਕਿਉਂਕਿ ਉਹ ਐਂਡ ਤੱਕ ਵੈਰੀਫਿਕੇਸ਼ਨ ਕਰਦੇ ਆ ਕੰਟਰੈਕਟ ਤੋਂ ਜਿਹੜਾ ਹਾਂ ਰੀਚੇ ਬੂਤੇ ਜਿਹੜਾ ਸਾਨਾਟੋਰੀਆ ਦਾ ਮਿਲਿਆ ਸੀ ਉਹਦੇ ਤੇ ਤੁਸੀਂ ਕਰ ਸਕਦੇ ਆ ਕੰਟਰੈਕਟ ਤੋਂ ਜੇ ਅਗਰ ਤੁਹਾਡੀ ਮਾਲਕ ਤੁਹਾਨੂੰ ਚਾਹੁੰਦਾ ਆ ਕਿ ਤੁਹਾਡਾ ਮੈਂ ਕੰਟਰੈਕਟ ਤੋਂ ਕਰਕੇ ਕੰਟਰੀਬੂਤੀ ਪੇ ਕਰਾ ਪਰ ਵਧੀਆ ਗੱਲ ਇਹ ਹੀ ਆ ਕਿ ਜਦੋਂ ਤੁਹਾਨੂੰ ਪ੍ਰੇਫੇਚੂਰਾ ਅਪਾਇੰਟਮੈਂਟ ਭੇਜ ਦਿੰਦਾ ਆ ਅਪਾਇੰਟਮੈਂਟ ਲੈਟਰ ਆ ਜਾਂਦਾ ਆ ਉਦੋਂ ਤੋਂ ਤੁਸੀਂ ਸ਼ੁਰੂ ਕਰੋ ਕੰਟਰੈਕਟ ਤੋਂ ਤਾਂ ਕਿ ਤਾਨੂੰ ਕਲੀਅਰ ਹੋ ਜਾਂਦਾ ਕਿ ਹੁਣ ਤੁਹਾਡੇ ਪੇਪਰ ਜਿਹੜੇ ਆ ਉਹ ਸਾਰੇ ਕਲੀਅਰ ਹੋ ਗਿਆ ਤੇ ਤੁਸੀਂ ਕੋਨਟਰੀਬਿਊਟੀ ਜਿਹੜੀ ਆ ਪੇ ਕਰਨੀ ਸ਼ੁਰੂ ਕਰ ਸਕਦੇ ਇਹ ਸਨ ਡਾਕਟਰੇਸਾ ਮਨਜਿੰਦਰਜੀਤ ਕੌਰ ਜਿਨ੍ਹਾਂ ਨੇ ਕਿ ਮੈਂ ਪੰਜਾਬੀ ਦੇ ਵਿੱਚ ਮੈਂ ਤਾਂ ਬੋਲਣੀਆਂ ਪੈਂਦੀਆਂ ਕਈ ਗੱਲਾਂ ਕਿ ਸਾਡੇ ਜਿਹੜੇ ਇੰਡੀਆ ਭੈਣ ਭਰਾ ਰਹਿੰਦੇ ਆ ਜਾਂ ਜਿਨ੍ਹਾਂ ਨੂੰ ਪੂਰੀ ਬੋਲੀ ਨਹੀਂ ਆਉਂਦੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਇਹ ਵਕੀਲ ਨੇ ਇਮੀਗ੍ਰੇਸ਼ਨ ਦੇ ਮਨਜਿੰਦਰਜੀਤ ਕੌਰ ਜਿਨ੍ਹਾਂ ਨੇ ਕਿ ਇੱਥੇ ਇਟਲੀ ਦੇ ਵਿੱਚ ਪੜ੍ਹ ਕੇ ਵਕਾਲਤ ਕੀਤੀ ਆ ਔਰ ਅੱਜ ਸਾਡੇ ਇੱਕ ਸੱਦੇ ਦੇ ਉੱਤੇ ਇਹਨਾਂ ਨੇ ਸਾਨੂੰ ਜਿਹੜੀ ਪੰਜਾਬੀਆਂ ਲਈ ਇੱਕ ਜਾਣਕਾਰੀ ਮਹਈਆ ਕਰਾਈ ਆ ਉਹਦੇ ਲਈ ਅਸੀਂ ਭੈਣ ਜੀ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਵਾਂ ਤੇ ਨਾਲ ਮੈਂ ਇਹ ਵੀ ਇਹਨਾਂ ਨੂੰ ਆਖਾਂਗਾ ਕਿ ਕਿਉਂਕਿ ਮੈਨੂੰ ਯਾਦ ਆ ਜਦੋਂ ਸਨਾਤੋਰੀਆ ਖੁੱਲਿਆ ਸੀ ਕਿ ਇਹਨਾਂ ਨੇ ਲੋਕਾਂ ਦੀ ਬੜੀ ਮਦਦ ਕੀਤੀ ਆ ਤੇ ਮੈਂ ਹੁਣ ਵੀ ਚਾਹੁੰਦਾ ਵਾਂ ਕਿ ਜੇ ਸਾਡੇ ਕੋਲ ਇਦਾਂ ਦੇ ਚੰਗੇ ਵਕੀਲ ਨੇ ਤੇ ਅਸੀਂ ਉਹਨਾਂ ਦਾ ਫਾਇਦਾ ਕਿਸ ਤਰ੍ਹਾਂ ਲੈਣਾ ਵਾਂ ਸੋ ਭੈਣ ਜੀ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ ਨਾਲ ਹੀ ਸਾਡੇ ਦਰਸ਼ਕਾਂ ਨੂੰ ਇਹ ਜਰੂਰ ਦੱਸੋ ਕਿ ਜੇ ਕਿਸੇ ਨੂੰ ਕੋਈ ਲੋੜ ਪਵੇ ਤੇ ਤੁਸੀਂ ਕਿਸ ਤਰੀਕੇ ਉਹਨਾਂ ਦੀ ਹੈਲਪ ਕਰ ਸਕਦੇ ਆ ਜਾਂ ਤੁਹਾਡਾ ਜਿਹੜਾ ਅਫੀਸ਼ੀਅਲ ਦਫ਼ਤਰ ਆ ਉਹ ਕਿੱਥੇ ਆ ਤੋਂ ਕੀ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਸੰਪਰਕ ਆ ਉਹ ਕਰ ਸਕਦੇ ਆ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਹਾਡੇ ਜ਼ਰੀਏ ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਤਕਰੀਬਨ ਬਹੁਤ ਜ਼ਿਆਦਾ ਕਾਲਾਂ ਆਉਂਦੀਆਂ ਆ ਕਈ ਵਾਰ ਇਕੱਲੇ-ਇਕੱਲੇ ਨੂੰ ਸਮਝਾਉਣਾ ਮੁਸ਼ਕਲ ਹੋ ਜਾਂਦਾ ਕਿ ਤੁਹਾਡੇ ਜ਼ਰੀਏ ਸਾਰਿਆਂ ਨੂੰ ਪਤਾ ਲੱਗਾ ਕਿ ਕਿਹੜੇ-ਕਿਹੜੇ ਰਿਕੁਆਇਰਮੈਂਟਾਂ ਹੁੰਦੀਆਂ ਐ ਤੇ ਕੀ ਪ੍ਰੋਸੀਜਰ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਹੇ ਆ ਮੇਰਾ ਆਫਿਸ ਬਰਗਾਮੋ ਕਿਊਡੂਨੋ ਦੇ ਵਿੱਚ ਆ via Cesare Battisti numero 6 chiuduno ਤੁਸੀਂ ਉੱਥੇ ਮੈਨੂੰ ਮਿਲ ਸਕਦੇ ਆ ਜਾਂ ਮੇਰੇ ਮੋਬਾਈਲ ਨੰਬਰ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਅਪਾਇੰਟਮੈਂਟ ਬਣਾ ਸਕਦੇ ਆ ਜਾਂ WhatsApp ਰਾਹੀਂ ਅਗਰ ਤੁਹਾਨੂੰ ਕੋਈ ਜ਼ਰੂਰਤ ਆ ਤਾਂ ਤੁਸੀਂ ਮੈਸੇਜ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਆ ਕਿਸੇ ਵੀ ਇਮੀਗ੍ਰੇਸ਼ਨ ਦੇ ਕੰਮ ਬਾਰੇ ਸੋ ਬਹੁਤ ਹੀ ਧੰਨਵਾਦ ਭੈਣ ਜੀ ਤੁਹਾਡਾ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਕਿ ਤੁਸੀਂ ਜਿਹੜੇ ਆਪਣੇ ਅਣਮੁੱਲੇ ਵਿਚਾਰ ਆ ਜਾ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ ਵਾਸਤੇ ਸਾਨੂੰ ਜਿਹੜਾ ਹੈ ਸਮਾਂ ਦਿੱਤਾ ਵਾ ਫੇਰ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸੋ ਜੁੜੇ ਰਹੋ ਮਿਲਦੇ ਹਾਂ ਫੇਰ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ